ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ। ਮੈਂ ਜੀ ਆਇਆਂ। ਸ਼ੁਕਰੀਆ ਜੀ। ਪੰਜਾਬ ਦੇ ਵਿੱਚ ਸਰਕਾਰ ਨੇ 2.5 ਸਾਲ ਪੂਰੇ ਕਰ ਲਏ ਆ, ਔਰ ਕੇਂਦਰ ਦੇ ਵਿੱਚ NDA ਸਰਕਾਰ ਨੇ 100 ਦਿਨ ਪੂਰੇ ਕਰ ਲਿਆ। ਹੁਣ ਦੋਨਾਂ ਸਰਕਾਰਾਂ ਦਾ ਆਪਸ ਵਿੱਚ ਕੰਪੈਰੀਜ਼ਨ ਤਾਂ ਕੋਈ ਨਹੀਂ। ਕੇਂਦਰ ਕੋਲ ਬੇਸ਼ੁਮਾਰ ਤਾਕਤਾਂ ਨੇ, ਔਰ ਸਟੇਟਾਂ ਬਹੁਤ ਸੀਮਿਤ ਕਰਤੀਆਂ ਗਈਆਂ ਆਰਥਿਕ ਪੱਖ ਤੋਂ, ਪਰ ਫਿਰ ਵੀ ਮੁਲਾਂਕਣ ਤਾਂ ਹੁੰਦੇ ਨੇ। 100 ਦਿਨ ਪੂਰੇ ਹੋਣ ਦੇ ਦਰਮਿਆਨ ਵਨ ਨੇਸ਼ਨ ਵਨ ਇਲੈਕਸ਼ਨ ਦਾ ਸ਼ਗੋਫਾ ਕਿੱਥੋਂ ਆ ਗਿਆ? ਕੀ ਇਹ ਸੰਭਵ ਹੈ ਕਿ NDA ਦੇ ਇਸੇ ਕਾਰਜਕਾਲ ਦੇ ਵਿੱਚ ਇੱਕ ਦੇਸ਼ ਇੱਕ ਚੋਣ ਕਰਵਾਈ ਜਾ ਸਕਦੀ? ਕੀ ਸਾਰੀਆਂ ਅਸੈਂਬਲੀਆਂ ਭੰਗ ਹੋ ਸਕਦੀਆਂ ਨੇ? ਕੀ ਦਰਮਿਆਨ ਦਾ ਕੋਈ ਟਾਈਮ ਚੁਣਿਆ ਜਾ ਸਕਦਾ? ਭਾਰਤੀ ਜਨਤਾ ਪਾਰਟੀ 2 ਟਰਮਸ ਤੋਂ ਬਾਅਦ ਇਸ ਵਾਰੀ ਫੌੜੀਆਂ ਤੇ ਆ, ਇਸ ਵਾਰੀ ਵਿਸਾਖੀਆਂ ਤੇ ਆ ਸਹਿਯੋਗੀ ਦਲਾਂ ਦੀਆਂ ਤੇ, ਕੀ ਉਹ ਇਸ ਤਰ੍ਹਾਂ ਦੀ ਕੋਈ ਰਣਨੀਤੀ ਬਣਾ ਰਿਹਾ? ਇਹਨੂੰ ਸਮਝਦੇ ਆ। ਔਰ ਭਗਵੰਤ ਮਾਨ ਦੀ ਸਰਕਾਰ ਕਿਸ ਤਰ੍ਹਾਂ ਦਾ ਦਾਅਵਾ ਪੇਸ਼ ਕਰ ਰਹੀ ਆ ਕਿ ਅਗਲੇ ਮਹੀਨੇ ਪੰਚਾਇਤ ਇਲੈਕਸ਼ਨ ਕਰਾ ਲਈ ਜਾਊਗੀ? ਇਹਦੇ ਨਾਲ ਹੀ ਵੀ ਸਵਾਲ ਖੜਾ, ਇਹਨੂੰ ਐਡਰੈਸ ਕਰਦੇ ਆ। ਦਿੱਲੀ ਦੇ ਵਿੱਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਕੀ ਇੱਕੋ ਇੱਕ ਚੋਣ ਆਤਿਸ਼ੀ ਹੀ ਰਹਿ ਗਏ ਨੇ? ਕੇਜਰੀਵਾਲ ਸਾਹਿਬ ਦੇ ਬਿਆਨੀਏ ਤੋਂ ਜੇ ਜਾਈਏ ਤਾਂ ਕੀ ਆਤਿਸ਼ੀ ਹੋਣਗੇ, ਜਾਂ ਗੋਪਾਲ ਰਾਏ ਵਰਗੇ ਸੀਨੀਅਰ ਬੰਦੇ ਨੂੰ ਵੀ ਚੁਣਿਆ ਜਾ ਸਕਦਾ? ਵੈਸੇ ਸਿਆਸੀ ਪੰਡਿਤ ਰੂਲ ਆਊਟ ਕਰ ਰਹੇ ਨੇ ਕਿ ਉਹ ਆਪਣੀ ਘਰਵਾਲੀ ਨੂੰ ਲਿਆ ਕੇ ਜੋਖਮ ਲੈਣਾ ਚਾਹੁਣਗੇ। ਫਿਰ ਕੇਜਰੀਵਾਲ ਨੂੰ ਕੋਈ ਹਮਦਰਦੀ ਨਹੀਂ ਮਿਲੇਗੀ ਜੇ ਉਹ ਆਪਣੀ ਘਰਵਾਲੀ ਨੂੰ ਲੈ ਆਉਂਦੇ? ਆਪਾਂ ਅੱਗੇ ਵਧਦੇ ਆ ਕਿ ਅਨਿਲ ਵਿਜ ਆਪਣੀ ਚੋਣ ਜਿੱਤਣ ਲਈ ਆਪਣੀ ਕੰਸਟੀਟੂਐਂਸੀ 'ਚ ਲੋਕਾਂ ਤੇ ਅਸਰ ਪਾਉਣ ਲਈ ਕਹਿ ਰਿਹਾ ਵੀ ਮੈਂ ਦਾਅਵਾ ਪੇਸ਼ ਕਰੂੰਗਾ ਮੁੱਖ ਮੰਤਰੀ ਬਣਨ ਦਾ ਅਗਲੀ ਵਾਰੀ, ਅੱਗੇ ਪਾਰਟੀ ਦਾ ਫੈਸਲਾ ਉਹਨੇ ਕੀ ਲੈਣਾ? ਪਰ ਕੀ ਭਾਜਪਾ ਇਸ ਸਥਿਤੀ ਵਿੱਚ ਹੈ ਕਿ ਉਹ ਹਰਿਆਣੇ ਦੀ ਚੋਣ ਜਿੱਤ ਜਾਏ? ਅਨਿਲ ਵਿਜ ਦਾ ਇਹ ਦਾ ਇਹਨੂੰ ਕਿਵੇਂ ਲਈਏ, ਇਹਦੇ ਉੱਤੇ ਜਾਣੇ ਆ। ਔਰ ਬਿੱਟੂ ਦੇ ਇੱਕ ਬਿਆਨ ਨੇ ਕਾਂਗਰਸੀ ਅੱਗ ਬਬੂਲੇ ਕਰਤੇ। ਵੈਸੇ ਬਿੱਟੂ ਦੇ ਐਲੀਵੇਸ਼ਨ ਨਾਲ ਉਹਨੂੰ ਕੇਂਦਰੀ ਮੰਤਰੀ ਬਣਾਉਣ ਬਾਅਦ, ਹਰਕੇ ਵੀ ਬਣਾਉਣ ਤੋਂ ਬਾਅਦ, 2 ਵੱਡੇ ਘਾਗ ਕਾਂਗਰਸੀ ਪੁਰਾਣੇ ਹੁਣ BJP 'ਚ ਕੈਪਟਨ ਅਮਰਿੰਦਰ ਤੇ ਜਾਖੜ ਕੀ ਨਾਰਾਜ਼ ਚੱਲ ਰਹੇ ਨੇ। ਬਿੱਟੂ ਨੂੰ ਦਿੱਤੀ ਜਾਂਦੀ ਤਰਜੀਹ ਨਾਲ ਉਹਨਾਂ ਦੀ ਸਿਆਸਤ ਪਿਛਾਂ ਚਲੇਗੀ ਕਿ ਇਹਨੂੰ ਵੀ ਸਮਝਦੇ ਆ? ਤੇ ਹਰਮੇਲ ਸਿੰਘ ਟੌੜਾ, ਮਰਹੂਮ ਜਥੇਦਾਰ ਟੌੜਾ ਦੇ ਜਵਾਈ, ਉਹਨਾਂ ਦਾ ਅਕਾਲੀ ਦਲ ਤੇ ਹਮਲਾ ਕਿ ਸਾਡੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ, ਜੇ ਤੁਸੀਂ ਟੌੜਾ ਸਾਹਿਬ ਦੀ ਜਨਮ ਸ਼ਤਾਬਦੀ ਮਨਾਉਣੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਮਨਾ ਲਓ, ਇਹਦੇ ਕੀ ਅਰਥ ਨੇ? ਦੋਵੇਂ ਧਿਰਾਂ ਜ਼ੋਰ ਲਾ ਰਹੀਆਂ ਨੇ, ਇਹਨੂੰ ਵੀ ਲੈਂਦੇ ਆ। ਔਰ ਜੇ ਲਾਸਟ ਵਿੱਚ ਸਮਾਂ ਬਚਦਾ ਹੈ ਤਾਂ ਮਨਪ੍ਰੀਤ ਦੇ ਪਲਾਟ ਤੇ ਵੀ ਗੱਲ ਕਰ ਲਾਂਗੇ, ਮਨਪ੍ਰੀਤ ਬਾਦਲ ਦੇ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਸ਼ਗੋਫਾ ਛੱਡਿਆ ਜਾਂਦਾ ਹੈ ਤਾਂ ਕੀ ਇਹ ਨੇੜ ਭਵਿੱਖ ਵਿੱਚ ਸੰਭਵ ਹੈ ਕਿ ਸਰਕਾਰ 3-4 ਸਾਲ ਕੰਮ ਕਰਨ ਤੋਂ ਬਾਅਦ ਇੱਕ ਮਿਡ ਟਰਮ ਚੋਣ ਲੈ ਪਏ, ਸਾਰੇ ਦੇਸ਼ ਦੀਆਂ ਅਸੈਂਬਲੀਆਂ ਭੰਗ ਤੇ ਲੋਕ ਸਭਾ ਨਾਲ ਹੀ? ਕੀ ਕਹਿੰਦੇ? ਵੈਸੇ ਤਾਂ ਕਾਫੀ ਲੰਬੇ ਸਮੇਂ ਤੋਂ BJP ਦਾ ਮਤਲਬ ਮੇਨ ਏਜੰਡੇ ਦੇ ਤੌਰ ਤੇ ਉੱਭਰਦਾ ਰਿਹਾ ਕਾਫੀ ਸਮੇਂ ਤੋਂ, ਖਾਸ ਤੌਰ ਤੇ ਪ੍ਰਧਾਨ ਮੰਤਰੀ ਆ ਉਹ, ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਦੇ ਵਿੱਚ, ਕਮੇਟੀ ਤੋਂ ਵੀ ਲੈ ਲਈ ਰਿਪੋਰਟ, ਬਾਕੀ ਚੀਜ਼ਾਂ ਚੱਲ ਰਹੀਆਂ ਨੇ। ਪਰ ਇਹਦਾ ਵਿਰੋਧ ਵੀ ਵੱਡੇ ਪੱਧਰ ਤੇ ਹੋ ਰਿਹਾ, ਬਹੁਤ ਸਾਰੀਆਂ ਪਾਰਟੀਆਂ ਵੀ ਕਰ ਰਹੀਆਂ ਨੇ ਤੇ ਲੋਕ ਤੇ ਇੰਟਲੈਕਚੁਅਲ, ਖਾਸ ਤੌਰ ਤੇ ਚੀਫ ਇਲੈਕਸ਼ਨ ਕਮਿਸ਼ਨਰਾਂ ਦੇ ਅਹੁਦੇ ਤੇ ਰਹੇ ਕੁਝ ਲੋਕ ਵੀ, ਜਿਵੇਂ YS ਕੁਰੈਸੀ ਕਾਫੀ ਲਿਖਦੇ ਨੇ, ਜਿਹੜੇ ਸਾਬਕਾ ਉਹ ਨੇ ਕਿ ਕਿਹੜੀਆਂ ਦਿੱਕਤਾਂ ਨੇ, ਕਿਵੇਂ ਨੇ, ਕਿਵੇਂ ਨਹੀਂ ਹੈ। ਦੂਸਰਾ, ਲੋਕ ਇਹਨੂੰ ਇਹ ਵੀ ਦੇਖਦੇ ਨੇ ਕਿ ਫੈਡਰਲ ਸਟਰਕਚਰ ਦੇ ਵਿੱਚ ਕੀ ਐਸਾ ਸਿਸਟਮ ਸੰਭਵ ਹੁੰਦਾ ਜਾਂ ਨਹੀਂ ਹੁੰਦਾ, ਤੇ ਜੇ ਸੰਭਵ ਹੁੰਦਾ ਤਾਂ ਪਹਿਲਾਂ 67 ਤੱਕ ਤਾਂ ਸੰਭਵ ਹੀ ਹੁੰਦਾ ਰਿਹਾ, ਜੇ ਪਹਿਲਾਂ ਵਨ ਨੇਸ਼ਨ ਵਨ ਇਲੈਕਸ਼ਨ ਹੀ ਸੀਗਾ ਟੋਟਲ ਇਲੈਕਸ਼ਨ ਤੇ ਪਾਰਲੀਮੈਂਟ ਦੀ, ਤਾਂ ਉਹ ਪ੍ਰੈਕਟੀਕਲ ਸਿਚੁਏਸ਼ਨ ਨੇ ਇਹਨੂੰ ਤੋੜਤਾ, ਅਲੱਗ ਅਲੱਗ ਜਗ੍ਹਾ ਕਰਤਾ, ਅਲੱਗ ਅਲੱਗ ਸਿਸਟਮ ਕਰਤਾ।
ਕਿਉਂਕਿ ਕਦੇ ਕੋਈ ਅਸੈਂਬਲੀ ਟੁੱਟ ਗਈ, ਕਦੇ ਪਾਰਲੀਮੈਂਟ 'ਚ ਮੈਜੋਰਿਟੀ ਨਹੀਂ ਹੋਈ, ਕਦੇ ਕੁਝ ਹੋਇਆ, ਕਦੇ ਕੁਝ ਹੋਇਆ। ਇੱਕ ਤਾਂ ਪ੍ਰਿੰਸੀਪਲੀ ਇਹਦੇ 'ਤੇ ਲੋਕਾਂ ਨੂੰ ਇਤਰਾਜ਼ ਇਹ ਹੈ ਕਿ ਫੈਡਰਲ ਸਟਰਕਚਰ ਦੇ ਵਿੱਚ ਸੈਂਟਰਲ ਯੂਨਿਟਰੀ ਸਿਸਟਮ ਜਿਹੜਾ ਇੱਕ ਲਾਗੂ ਕਰਨ ਦਾ ਜਿਹੜਾ ਕੰਮ ਹੁੰਦਾ ਉਹ ਕੋਈ ਬਹੁਤਾ ਚੰਗਾ ਨਹੀਂ ਹੁੰਦਾ, ਦੇਖਿਆ ਨਹੀਂ ਜਾਂਦਾ, ਉਹ ਤਾਂ ਨਾ ਉਹ ਵਰਕੇਬਲ ਹੁੰਦਾ। ਔਰ ਕਿਉਂਕਿ ਵੋਟਾਂ ਜਿਹੜੀਆਂ ਨੇ ਹੁਣ ਸਾਡੇ ਸਟੇਟਾਂ ਦੇ ਵਿੱਚ ਸਟੇਟ ਦੀ ਨੇਚਰ ਦੇ ਮੁਤਾਬਕ ਪੈਂਦੀਆਂ ਨੇ, ਆਪਾਂ ਸਾਰੇ ਦੇਖਦੇ ਹਾਂ ਕਿ ਜਦੋਂ ਸਟੇਟ ਦੀ ਇਲੈਕਸ਼ਨ ਹੁੰਦੀ ਆ ਉਦੋਂ ਹੋਰ ਮੁੱਦੇ ਅਤੇ ਹੋਰ ਟਾਈਪ ਦੀ ਤਰੀਕੇ ਨਾਲ ਲੋਕ ਵੋਟ ਕਰਦੇ ਨੇ। ਜਦੋਂ ਪਾਰਲੀਮੈਂਟ ਇਲੈਕਸ਼ਨ ਹੁੰਦੀ ਆ ਉਦੋਂ ਆ, ਦਿੱਲੀ ਦੀ ਉਦਾਹਰਣ ਲੈ ਲਓ ਜਿਹੜੀ ਆਪਾਂ ਦੋ ਦੀ ਗੱਲ ਹੁਣ ਕਰਨ ਦੀ ਗੱਲ ਹੈ। ਦਿੱਲੀ ਦੇ ਵਿੱਚ ਲੋਕਲੀ 3 ਵਾਰ ਕੇਜਰੀਵਾਲ ਨੂੰ, ਬੀਜੇਪੀ ਨੂੰ ਵੀ ਬਹੁਤ ਥੋੜ੍ਹੇ ਮਤਲਬ ਉਮੀਦਵਾਰ ਆਏ, ਪਰ ਪਾਰਲੀਮੈਂਟ ਸਾਰੇ ਦਿੱਲੀ ਮਤਲਬ ਬੀਜੇਪੀ ਨੂੰ ਪੈ ਜਾਂਦੀ ਹੈ ਨੋਰਮਲੀ, ਹਰ ਵਾਰੀ 7 ਉਹਨਾਂ ਦੇ ਜਿੱਤਦੇ ਨੇ। ਇਸ ਲਈ ਇੱਕ ਕਨਫਿਊਜ਼ਨ ਕ੍ਰੀਏਟ ਹੋਊਗਾ ਲੋਕਾਂ ਦੇ ਵਿੱਚ, ਸਧਾਰਨ ਵੋਟਰਾਂ ਦੇ ਵਿੱਚ, ਜਾਂ ਸਾਡੇ ਜਿਸ ਲੈਵਲ ਦੀ ਐਜੂਕੇਸ਼ਨ ਹੈ ਉਹਦੇ 'ਚ ਤੁਸੀਂ ਇੰਨੇ ਇੰਨੇ ਦੇ ਦਿਓਗੇ। ਪਿੱਛੇ ਜੇ ਤਾਂ ਇੱਕ ਇਹ ਵੀ ਗੱਲ ਚਲਾਤੀ ਸੀ ਪੰਚਾਇਤਾਂ ਵੀ ਵਿੱਚ ਹੋ ਜਾਣਗੀਆਂ, ਮਿਊਨਸੀਪਲ ਪਾਰਟ ਉਹ ਵੀ, ਉਹਨਾਂ ਤੱਕ ਸਾਡੇ ਕੋਲ ਤੰਤਰ ਹੀ। ਇੱਕ ਗੱਲ ਇਹ ਵੀ ਹੈ ਕਿ ਹੁਣ ਇਲੈਕਸ਼ਨਾਂ 2 ਸਟੇਟਾਂ ਦੀਆਂ ਹੋ ਰਹੀਆਂ ਨੇ, ਹਰਿਆਣੇ ਅਤੇ ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਤੁਸੀਂ 3 ਵਾਰ 'ਚ ਕਰਾ ਰਹੇ ਹੋ ਅਤੇ ਤੁਹਾਡੇ ਕੋਲ ਇੱਕ ਇੱਕ ਸਟੇਟ ਤਾਂ 1 ਵਾਰ 'ਚ ਹੋ ਨਹੀਂ ਰਹੀ, ਅਤੇ ਇਹ ਕਿਵੇਂ ਪ੍ਰੈਕਟੀਕਲ? ਬਸ ਇੱਕ ਦਿਮਾਗ ਦੇ ਵਿੱਚ ਗੱਲ ਆਉਣ ਦਾ ਸਵਾਲ ਹੀ। ਔਰ ਫਿਰ ਬਹੁਤ ਸਾਰੇ ਇੱਕ ਟੈਕਨੀਕਲ ਇਸ਼ੂ ਵੀ ਨੇ, ਕਿ ਕਾਨਸਟੀਟਿਊਸ਼ਨਲ ਅਮੈਂਡਮੈਂਟ ਦੀ ਲੋੜ ਪਏਗੀ। ਕਈ ਕਹਿੰਦੇ ਨੇ ਕਿ ਇਹਦੇ 'ਚ ਅੱਧੀਆਂ ਅਸੈਂਬਲੀਆਂ ਅਤੇ ਮਤਲਬ ਪਾਰਲੀਮੈਂਟ ਦੋਨਾਂ ਦੇ ਵਿੱਚ ਹੀ ਇਹ ਲੋੜ ਪਏਗੀ ਅਮੈਂਡਮੈਂਟ ਦੀ, ਜਦੋਂ ਕਾਨਸਟੀਟਿਊਸ਼ਨਲ ਅਮੈਂਡਮੈਂਟ ਕਰਨੀ ਹੈ ਅਪਰੂਵਲ ਦੀ ਕੁਝ ਮਾਮਲਿਆਂ ਦੇ ਵਿੱਚ। ਕੁਝ ਟੈਕਨੀਕਲੀ ਕਹਿੰਦੇ ਨੇ ਕਿ ਨਹੀਂ, ਸਿੰਪਲ ਮੈਜੋਰਿਟੀ ਨਾਲ ਕੁਝ ਚੀਜ਼ਾਂ ਪਾਰਲੀਮੈਂਟ ਕਰ ਸਕਦੀ ਹੈ, ਪਰ ਜੇ ਉੱਧਰ ਨੂੰ ਪਰਸੂ ਕਿਉਂ ਕਰ ਰਹੀ ਹੈ ਬੀਜੇਪੀ, ਇਹ ਸਮਝ ਨਹੀਂ ਆ ਰਹੀ। ਇੱਕੋ ਇੱਕ ਗੱਲ, ਕੋਈ ਕਹਿੰਦਾ ਜੀ ਪੈਸੇ ਬਚ ਜਾਣਗੇ, ਇਕੱਲੇ ਪੈਸੇ ਦੀ ਚਿੰਤਾ ਤਾਂ ਐਡੀ ਨਹੀਂ ਲੱਗਦੀ ਮੈਨੂੰ, ਫਿਰ ਤਾਂ ਸਾਰੇ ਪੋਲੀਟੀਸ਼ੀਅਨ ਪੈਸੇ ਬਚਾਉਣ ਲਈ 22 ਇਲੈਕਸ਼ਨਾਂ 'ਚ ਇੰਨਾ ਇੰਨਾ ਜਾ ਖਰਚ ਕਰੀ ਜਾਂਦੇ ਨੇ, ਉਹ ਤਾਂ ਰੋਕ ਲੈਣ ਘੱਟੋ ਘੱਟ। ਜਾਂ ਇੱਧਰੋਂ ਆਇਆ ਰਾਮ ਗਿਆ ਰਾਮ, ਦਲ ਬਦਲੀਆਂ ਕਰਾ ਕੇ ਜਿੰਨੀਆਂ ਇਲੈਕਸ਼ਨਾਂ ਕਰਾ ਰਹੇ ਨੇ। ਔਰ ਪੈਸੇ 'ਚ ਨਾਲੇ ਖਰਚ ਜਿਹੜਾ ਉਹ ਤਾਂ ਹੁੰਦਾ ਹੀ ਹੈ ਜਿਹੜਾ ਮੈਨੇਜ ਕਰਦੇ ਨੇ, ਪਰ ਜਿਹੜਾ ਦੂਜਾ ਖਰਚ ਹੁੰਦਾ ਹੈ ਇਹਦੇ ਤੋਂ ਬਿਨਾਂ, ਇਕੱਲੇ ਪ੍ਰਚਾਰ ਅਤੇ ਇਕੱਲੇ ਬਾਕੀ 'ਤੇ, ਉਹ ਕਿਸ ਲੈਵਲ ਦਾ ਹੁੰਦਾ ਉਹ ਸਭ ਦੇ ਸਾਹਮਣੇ। ਔਰ ਹਾਂ, ਇਹ ਜ਼ਰੂਰ ਗੱਲ ਹੈ ਕਿ ਜੇ ਇਹ ਗੱਲ ਨੂੰ ਅੱਗੇ ਵੀ ਵਧਾਉਣਾ ਹੋਵੇ ਤਾਂ ਘੱਟੋ ਘੱਟ ਏਜੰਡਾ ਲਾ ਕੇ ਪਾਰਲੀਮੈਂਟ 'ਚ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ 'ਚ ਇੱਕ ਵਾਰ ਨਿੱਠ ਕੇ ਚਰਚਾ ਤਾਂ ਹੋਣੀ ਚਾਹੀਦੀ ਹੈ ਨਾ, ਕਿ ਕੰਟਰੀ ਦੇ ਫਿਊਚਰ ਲਈ। ਆਲ ਪਾਰਟੀ, ਉੱਥੇ ਵੀ ਸਾਰੀਆਂ ਪਾਰਟੀਆਂ ਦੀ ਰਿਪ੍ਰਜੈਂਟੇਸ਼ਨ ਹੁੰਦੀ ਹੈ ਪਾਰਲੀਮੈਂਟ 'ਚ ਵੀ, ਕੋਈ ਸਪੈਸ਼ਲ ਏਜੰਡਾ ਲਾ ਕੇ 2 ਦਿਨ 4 ਦਿਨ ਜਿੰਨੇ ਦਿਨ ਵੀ ਲੱਗੇ, 1 ਦਿਨ 2 ਦਿਨ ਵੀ ਇੰਨੇ ਦਿਨ ਇਹਦੇ 'ਤੇ ਚਰਚਾ ਕਰਨੀ ਹੈ। ਇਹਦੇ ਪੋਜ਼ਿਟਿਵ ਪੁਆਇੰਟ, ਇਹਦੇ ਨੈਗੇਟਿਵ ਪੁਆਇੰਟ ਸਾਰੇ ਸਾਹਮਣੇ ਆਉਣੇ ਚਾਹੀਦੇ ਨੇ। ਫਿਰ ਅਸੈਂਬਲੀਆਂ ਦਾ ਮਾਮਲਾ ਫੈਡਰਲ ਸਟਰਕਚਰ ਹੋਣ ਕਰਕੇ ਉੱਥੇ ਵੀ ਇਹ ਚਰਚਾ ਹੋਣੀ ਚਾਹੀਦੀ ਹੈ। ਜੇ ਕੋਈ ਕੰਸੈਂਸਸ ਬਣਦਾ ਤਾਂ ਤੁਹਾਨੂੰ ਅੱਗੇ ਤੁਰਨਾ ਚਾਹੀਦਾ ਐਡੇ ਵੱਡੇ ਦੇਸ਼ 'ਚ। ਜੇ ਜ਼ਬਰਦਸਤੀ ਦਾ ਸਵਾਲ ਹੈ ਕਿ ਮੇਰੇ ਕੋਲ ਮੈਜੋਰਿਟੀ, ਇਸ ਵਾਰ ਹੁਣ ਲੱਗਦਾ ਨਹੀਂ ਹੈ ਕਿ ਇੱਧਰ ਨੂੰ ਗੱਲ ਓਨੀ ਚੱਲ ਜੇ। ਜੇ ਬੀਜੇਪੀ ਪਿਛਲੇ ਟਨੇਔਰ 'ਚ ਚਾਹੁੰਦੀ ਸ਼ਾਇਦ ਹੋਰ ਪੁਜੀਸ਼ਨ ਸੀ, ਹੁਣ ਹੋਰ ਪੁਜੀਸ਼ਨ ਹੈ। ਹੁਣ ਕਿੰਨੇ ਫੈਸਲੇ ਵਾਪਸ ਲੈਣੇ ਪੈ ਰਹੇ ਨੇ, ਹੁਣ ਆਪੋਜੀਸ਼ਨ ਵੀ ਓਡੀ ਵੀਕ ਨਹੀਂ ਹੈ ਜਿੱਡੀ ਪਿਛਲੇ 2 ਟੈਨਿਓਰ ਸੀਗੀ, ਤੇ ਹੁਣ ਬੀਜੇਪੀ ਵੀ ਆਪ ਆਪਣੇ ਦਮ ਤੇ ਮੈਜੋਰਿਟੀ 'ਚ ਨਹੀਂ ਹੈ। ਇਸ ਕਰਕੇ ਮਾਮਲਾ ਥੋੜ੍ਹਾ ਜਿਹਾ ਮੁਸ਼ਕਲ ਲੱਗਦਾ। ਬਾਕੀ ਇਹ ਬੀਜੇਪੀ ਦੀ ਇੱਕ ਡਗਰ ਹੈ ਕਿ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਜਿਵੇਂ ਸ਼ੁਰੂ ਤੋਂ ਲੈ ਕੇ ਜਦ ਤੋਂ ਜਨਸੰਘ ਬਣਿਆ ਉਹਦਾ ਇੱਕ ਏਜੰਡਾ ਰਿਹਾ, ਰਾਮ ਮੰਦਰ ਬਣਾਉਣਾ ਹੈ, 370 ਖਤਮ ਕਰਨੀ ਹੈ, ਯੂਨੀਫਾਰਮ ਜਿਹੜਾ ਸਿਵਲ ਕੋਡ ਲਿਆਉਣਾ ਹੈ, ਅਤੇ ਜਦ ਮੌਕਾ ਲੱਗਿਆ ਉਹਨਾਂ ਨੇ ਲਿਆ ਕੇ ਰੱਖਤੇ ਹੋਈ 2-3।
ਇਸ ਲਈ ਮੌਕਾ ਐਤਕੀ ਤਾਂ ਸ਼ਾਇਦ ਨਾ ਲੱਗੇ, ਜੇ ਕਦੇ ਵੈਸੇ ਲੱਗੇ ਅੱਗੇ ਨੂੰ ਹੌਲੀ ਹੌਲੀ ਮਨ ਬਣਾ ਕੇ ਬਣ ਬਣਾ ਕੇ, ਫਿਰ ਸੰਭਾਵਨਾ ਇਹ ਬਣੀਆਂ ਰਹਿੰਦੀਆਂ ਨੇ। ਹਾਂ, ਉਹਦਾ ਨੁਕਸਾਨ ਹੁੰਦਾ ਜਾਂ ਫਾਇਦਾ ਉਹ ਨਹੀਂ ਉਹ ਦੇਖਦੇ। ਜੇ ਪੋਲਰਾਈਜੇਸ਼ਨ ਕੰਟਰੀ ਦੀ ਦੇਖਣੀ ਹੋਵੇ ਤਾਂ ਬਹੁਤ ਫਾਇਦੇਮੰਦ ਚੀਜ਼ਾਂ ਨਹੀਂ ਹੋਈਆਂ ਉਹ, ਔਰ ਇੱਕ ਟਕਰਾਅ ਦੀ ਸਿਚੁਏਸ਼ਨ ਹੈ ਦੇਸ਼ ਦੇ ਵਿੱਚ। ਆ ਜੰਮੂ ਕਸ਼ਮੀਰ ਦੇ ਵਿੱਚ ਵੀ ਤੁਸੀਂ ਦੇਖੋ ਕਦੇ ਰੋਜ਼ ਚੋੜਾ ਹੋ ਰਹੀਆਂ ਨੇ, ਜੇ ਜਾਂ ਕਰਾ ਰਹੇ ਨੇ। 5 ਸਾਲ ਹੋ ਗਏ ਕਹਿੰਦੇ ਮਿਲੀਟੈਸੀ ਖਤਮ ਹੋ ਜਾਏਗੀ, ਵਿਕਾਸ ਹੋ ਜਾਊਗਾ, ਬਾਕੀ ਚੀਜ਼ਾਂ ਨੇ। ਮਿਲੀਟੈਸੀ ਲਗਾਤਾਰ ਚੱਲ ਰਹੀ ਆ ਹੁਣ, ਕਦੇ ਕਹਿੰਦੇ ਨੇ ਇੰਨੇ ਮਿਲੀਟੈਂਟ ਮਾਰਤੇ, ਕਦੇ ਉਹ ਜਿਹੜੇ ਸਿਪਾਹੀ ਨੇ ਉਹਨਾਂ ਤੇ ਹਮਲੇ ਹੋ ਰਹੇ ਨੇ, ਕੈਪਟਨ ਲੈਵਲ ਦੇ ਵੱਡੇ ਆਫਿਸਰ 'ਚ ਵੀ ਉਹਦੀ ਵੀ ਜਾਨ ਚਲੀ ਗਈ ਹੈ। ਇਹਦਾ ਮਤਲਬ ਉਹ ਵੀ ਕੰਟੀਨਿਊ ਜਾਰੀ ਹੈ। ਤੁਹਾਡੇ ਕੋਲ ਕੋਈ ਇਹੋ ਜਿਹਾ ਪੈਮਾਨਾ ਤਾਂ ਹੈ ਨਹੀਂ ਕਿ ਜ਼ਬਰਦਸਤੀ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰ ਸਕਦੇ ਹੋ, ਇਹ ਤਾਂ ਲੋਕਾਂ ਦੇ ਸੈਂਟੀਮੈਂਟ ਨਾਲ ਚੀਜ਼ਾਂ ਕੰਟਰੋਲ ਹੁੰਦੀਆਂ ਨੇ। ਹੁਣ ਇਹ ਤੇ ਬਿਨਾਂ ਡਿਬੇਟ ਤੋਂ, ਬਿਨਾਂ ਸਹਿਮਤੀ ਤੋਂ ਡੈਮੋਕ੍ਰੇਸੀ 'ਚ ਖਾਸ ਤੌਰ ਦੇ ਉੱਤੇ ਕਿਸੇ ਗੱਲ ਨੂੰ ਪਰਸੂ ਕਰੀ ਜਾਣਾ। ਹਾਂ, ਜਾਂ ਫਿਰ ਦੂਜੀ ਗੱਲ ਹੈ ਕਿ ਤੁਸੀਂ ਉਹ ਮੁੱਦਾ ਉਭਾਰੀ ਜਾਂਦੇ ਹੁੰਦੇ ਹੋ, ਲੋਕਾਂ ਦਾ ਹੋਰ ਸਾਈਡ ਤੋਂ ਧਿਆਨ ਡਾਇਵਰਟ ਕਰਦੇ ਨੇ, ਡਿਬੇਟ ਆਪਣੇ ਮੁੱਦੇ ਤੇ ਸਟਾਰਟ ਕਰਾ ਦਿੰਦੇ ਹੋ। ਇਹ ਵੀ ਇੱਕ ਪੋਲੀਟੀਕਲ ਸਟ੍ਰੈਟਜੀ ਦਾ ਹਿੱਸਾ ਹੁੰਦਾ ਜੀ। ਨਹੀਂ ਤਾਂ ਹੁਣ ਕਿਉਂਕਿ ਕਈ ਕਈ ਮਾਮਲੇ ਖੜੇ ਨੇ ਅੱਗੇ, ਕਿਸਾਨੀ ਦਾ ਮੁੱਦਾ ਕੰਟੀਨਿਊ ਕਰ ਖੜਾ ਕੰਟਰੀ ਦੇ ਵਿੱਚ, ਪਿਛਲੇ ਸਮੇਂ ਤੋਂ ਹੀ ਖੜਾ ਹੈ, ਪਿਛਲੀ ਸਰਕਾਰ ਤੋਂ ਹੀ, ਤੇ ਅੱਜ ਵੀ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਵਿੱਚ। ਆ ਕਾਨੂੰਨ ਦਾ ਮੁੱਦਾ, ਬਾਕੀ ਦੇ ਮੁੱਦੇ, ਅਨਇੰਪਲਾਇਮੈਂਟ ਦਾ ਮੁੱਦਾ ਬਹੁਤ ਸੀਰੀਅਸਲੀ ਖੜਾ ਹੋਇਆ ਹੈ ਦੇਸ਼ ਦੇ ਵਿੱਚ। ਜਾਤੀਗਤ ਜਨਗਣਨਾ ਦਾ ਮੁੱਦਾ ਖੜਾ ਹੋਇਆ ਹੈ ਸ਼ੁਰੂ ਤੋਂ ਲੈ ਕੇ ਲਗਾਤਾਰ, ਜਿਹਦੇ 'ਤੇ ਰੌਲਾ ਵੀ ਚੱਲ ਰਿਹਾ, ਜਿਹਦੇ 'ਚ ਪ੍ਰਾਈਮ ਮਿਨਿਸਟਰ ਵੀ ਵਾਰ ਵਾਰ ਬੋਲਦੇ ਨੇ ਅਤੇ ਔਰ ਰਾਹੁਲ ਗਾਂਧੀ ਵੀ ਬੋਲਦੇ ਨੇ। ਪ੍ਰਾਈਮ ਮਿਨਿਸਟਰ 'ਤੇ ਤਾਂ ਹੁਣ ਪਿਛਲੇ ਦਿਨਾਂ 'ਚ ਕਿਹਾ ਕਿ ਕਾਂਗਰਸ ਰਿਜ਼ਰਵੇਸ਼ਨ ਵਿਰੋਧੀ ਹੈ, ਅਤੇ ਤੁਸੀਂ ਉਸੇ ਏਜੰਡੇ 'ਤੇ ਵੀ ਇੱਕ ਦੂਜੇ ਨੂੰ ਦੋ ਚਾਰ ਕਰਦੇ। ਉਹ ਏਜੰਡੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਡਿਵਰਟ ਕਰਨ ਦਾ ਹੀ ਇੱਕ ਇਕੱਲਾ ਸਾਧਨ ਤਾਂ ਨਹੀਂ ਕਿਤੇ, ਇਹ ਵੀ ਦੇਖਣਾ ਪਊਗਾ ਜਦੋਂ ਬਹਿਸਾਂ ਹੋਣਗੀਆਂ। ਸਮੀਰ ਸਿੰਘ ਜੀ, ਮੈਨੂੰ ਲੱਗਦਾ ਇਹ ਵੀ ਸਵਾਲ ਬੜੀ ਪੁਖਤਗੀ ਨਾਲ ਆਉਣਾ ਚਾਹੀਦਾ ਹੈ ਕਿ ਜਿਹੜਾ ਐਂਟੀ ਡਿਫੈਕਸ਼ਨ ਲਾ ਹੈ, ਜਿਹੜਾ ਇੱਕ ਤਰ੍ਹਾਂ ਨਾਲ ਹੁਣ ਬੋਗਸ ਜਿਹਾ ਹੀ ਸਿੱਧ ਹੋ ਰਿਹਾ, ਤਰੀਕੇ ਕੱਢ ਲਏ ਗਏ ਆ। ਸਾਡੇ ਪੰਜਾਬ ਦੇ ਵਿੱਚ ਵੀ ਪਿਛਲੀ ਟਰਮ 'ਚ ਤੁਹਾਨੂੰ ਯਾਦ ਹੀ ਆ ਕਿ ਬੰਦੇ ਛੱਡ ਗਏ, ਉਹਨਾਂ ਨੂੰ ਉਹਨਾਂ ਦੀ MLA-ship ਬਚੀ ਰਹਿ ਗਈ। ਖੈਰੇ ਉਹਨਾਂ ਦੇ ਮਾਮਲੇ ਬੜੇ ਲਾਸਟ ਵਿੱਚ ਜਾ ਕੇ ਐਡਰੈਸ ਹੋਏ। ਅਜੇ ਵੀ ਇੱਥੇ ਵੀ ਡਾਕਟਰ ਸੁਖਵਿੰਦਰ ਸੁੱਖੀ ਕਹਿੰਦੇ ਮੈਂ ਰਾਏ ਲੈ ਰਿਹਾ, ਕਾਨੂੰਨੀ ਰਾਏ ਲੈ ਰਿਹਾ ਵੀ ਮੈਂ ਅਸਤੀਫਾ ਦੇਣ ਤੋਂ ਪਹਿਲਾਂ ਸਾਰੇ ਪੈਂਥੜੇ ਵਿਚਾਰਨਾ ਚਾਹ ਰਿਹਾ। ਜੇਕਰ ਇਹ ਬਹਿਸ ਹੋਵੇ ਕਿ ਕੋਈ ਵਿਅਕਤੀ ਜਿਹੜਾ ਛੱਡ ਜਾਂਦਾ ਪਾਰਟੀ, ਪਾਰਟੀ ਬਦਲ ਲੈਂਦਾ, ਉਹਨੂੰ ਤੁਰੰਤ ਪ੍ਰਭਾਵ ਨਾਲ ਦੂਜੀ ਚੋਣ ਲਈ ਨਾ ਜਾਣ ਦਿੱਤਾ ਜਾਵੇ, ਉਹ ਜਗ੍ਹਾ ਤੇ ਜਿਹੜਾ ਦੂਜਾ ਬੰਦਾ ਹਰਿਆ ਹੋਇਆ ਬੰਦਾ ਉਹਨੂੰ ਉਹ ਸਮਾਂ ਦਿੱਤਾ ਜਾਵੇ, ਤੁਹਾਨੂੰ ਨਹੀਂ ਲੱਗਦਾ ਇਹ ਜ਼ਿਆਦਾ ਬਿਹਤਰ ਹੋਊਗਾ? ਤਾਂ ਕਿ ਫਿਰ ਛੱਡਣ ਤੋਂ ਪਹਿਲਾਂ ਲੋਕ ਸੋਚਣਗੇ, ਜਿਹੜਾ ਬੰਦਾ ਛੱਡ ਜਾਂਦਾ ਆਪਣੀ ਪਾਰਟੀ ਜਿੱਥੋਂ ਉਹ ਜਿੱਤਿਆ ਹੁੰਦਾ ਤੇ ਉਹ ਦੂਜੀ ਪਾਰਟੀ ਆਪਣੇ ਮਤਲਬ ਲਈ ਜੁਆਇਨ ਕਰ ਲੈਂਦਾ ਹੈ, ਤਾਂ ਫਿਰ ਉਹਨੂੰ ਵੇਟ ਕਰਨੀ ਪਏ ਅਗਲੀ ਇਲੈਕਸ਼ਨ ਦੀ, ਦਰਮਿਆਨ 'ਚ ਲੋਕਾਂ ਤੇ ਬੋਝ ਨਾ ਪਵੇ। ਜਿਹੜਾ ਦੂਜੇ ਨੰਬਰ ਦਾ ਬੰਦਾ ਹੁੰਦਾ ਜਿਹਨੂੰ ਦੂਜੇ ਨੰਬਰ ਤੇ ਵੋਟਾਂ ਮਿਲੀਆਂ ਹੁੰਦੀਆਂ, ਤੁਸੀਂ ਉਹਨੂੰ ਐਜ਼ ਏ MP ਜਾਂ MLA ਅੱਗੇ ਵਧਾ ਦਿਓ। ਇਹਦੇ 'ਚ ਕਿੰਨੀਆਂ ਗੱਲਾਂ ਨੇ। ਇੱਕ ਦੇਸ਼ ਇੱਕ ਇਲੈਕਸ਼ਨ ਵਾਲਾ ਮਾਮਲਾ ਆਪਣੇ ਪੱਧਰ 'ਤੇ ਆ, ਅਤੇ ਇਹ ਜਿਹੜੇ ਡਿਫੈਕਸ਼ਨ ਹੈ ਆਪਣੇ ਜਦੋਂ ਬਣਾਇਆ ਸੀ, ਬਣਾਇਆ ਤਾਂ ਇਸ ਕਰਕੇ ਸੀਗਾ ਕਿ ਇਹਦੇ ਨਾਲ ਰੁਕਣਗੀਆਂ ਸਵਾਲ। ਇਹ ਟੈਕਨੀਕਲ ਚੀਜ਼ਾਂ ਨਾਲ ਨਹੀਂ ਰੁਕਦੀਆਂ ਹੁੰਦੀਆਂ, ਬੰਦਿਆਂ ਦੇ ਮਾਇੰਡ ਸੈੱਟ ਦਾ ਸਵਾਲ ਹੈ। ਜਦੋਂ ਸਿਆਸਤ ਬਿਜ਼ਨਸ ਬਣ ਜੇ ਤਾਂ ਟੈਕਨੀਕਲਟੀ ਸਾਹਮਣੇ ਨਹੀਂ ਆਉਂਦੀ, ਫਿਰ ਉਹ ਜਿਹਦੀ ਤਾਕਤ ਹੁੰਦੀ ਹੈ, ਜੇ ਤਾਂ ਤੁਸੀਂ ਡਿਫੈਕਟ ਕਰ ਰਹੇ ਹੋ ਸੱਤਾਧਾਰੀ ਧਿਰ ਦੀ ਸਾਈਡ, ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਤੁਸੀਂ ਡਿਫੈਕਟ ਕਰਕੇ ਦਿਖਾਓ ਦੂਜੇ ਪਾਸੇ, ਤੀਜੇ ਦਿਨ ਤੁਹਾਡੀ ਮੈਂਬਰੀ ਲਈ ਲਿਖ ਕੇ ਭੇਜ ਦੇਣਗੇ ਸਪੀਕਰ ਸਾਹਿਬ ਵੀ ਚਲੋ ਜੀ ਇਹ ਤਾਂ ਬੰਦਾ ਗਿਆ ਜੀ, ਹੁਣ ਇਹਦੀ ਆਪਾਂ ਖਾਲੀ ਕਰਤੀ। ਉਹ ਜੇ ਆਪਸੀ ਰਾਏ ਮਸ਼ਵਰਾ ਨਹੀਂ ਹੁੰਦਾ, ਜੇ ਉਹਨਾਂ ਨੂੰ ਸੂਟੇਬਲ ਨਹੀਂ ਹੁੰਦਾ, ਇਸ ਲਈ ਉਹ ਆ ਗਿਆ ਮੈਰਿਜ ਆਫ ਕਨਵੀਨੀਅੰਸ, ਕਿਹਨੂੰ ਕਿਹੜੀ ਚੀਜ਼ ਠੀਕ ਰਹਿੰਦੀ ਹੈ ਕਿਹੜੀ ਚੀਜ਼ ਨਹੀਂ ਠੀਕ ਰਹਿੰਦੀ। ਵੈਸੇ ਠੀਕ ਹੈ ਕਿ ਐਂਟੀ ਡਿਫੈਕਸ਼ਨ ਲਾ ਦਾ ਵਜੂਦ ਖਤਮ ਹੈ, ਇਹਨੂੰ ਰੱਦ ਕਰ ਦੇਣਾ ਚਾਹੀਦਾ, ਸਗੋਂ ਇਹਨੇ ਉਲਟਾ ਕਰਤਾ। ਐਂਟੀ ਡਿਫੈਕਸ਼ਨ ਲਾ ਨੇ
ਪਾਰਟੀ ਪ੍ਰਧਾਨਾਂ ਨੂੰ ਇੰਨਾ ਮਜ਼ਬੂਤ ਕਰਤਾ ਕਿ ਮੈਂ ਅੱਗੇ ਨੂੰ ਟਿਕਟ ਨਹੀਂ ਦੇਊਂਗਾ, ਆਹ ਨਹੀਂ ਦੇਊਂਗਾ, ਇੱਕ ਤਾਂ ਮਤਲਬ ਡੈਮੋਕ੍ਰੇਸੀ ਖਤਮ ਕਰਤੀ ਅੰਦਰੂਨੀ। ਦੂਜੀ ਗੱਲ ਇਹਨੇ ਇਹ ਕਰਤੀ ਕਿ ਜਿਹੜੇ ਵੀ ਬੰਦੇ ਮਤਲਬ ਹੁਣ ਜਾਣਾ ਚਾਹੁੰਦੇ ਨੇ ਕਿਤੇ ਵੀ, ਉਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਬਚੀ ਕਿ ਆਪਣਾ ਪਾਵਰਫੁਲ ਬੰਦੇ ਆਪਣੇ ਨਾਲ ਨੇ, ਆਪਾਂ ਚਲੇ ਜਾਂਦੇ। ਤੀਜੀ ਗੱਲ ਇਹਨੇ ਇਹ ਕਰਤੀ ਕਿ ਵਿਚਾਰਧਾਰਕ ਦੌਰ ਖਤਮ ਕਰਤਾ, ਔਰ ਹੁਣ ਹਰ ਪਾਰਟੀ ਕਹਿੰਦੀ ਵੀ ਆ ਜੇ ਆਪਣੇ ਥੱਲੇ ਹੀ ਲੱਗੂਗਾ, ਕਿੱਧਰ ਚਲਾ ਜਾਊ, ਇਹਦੀ ਕਿਹੜੀ ਵਿਚਾਰਧਾਰਾ ਹੈ, ਆਪਣੇ ਮੁਤਾਬਕ ਹੀ ਚੱਲੂਗਾ, ਜਾ ਕੇ ਕੀ ਕਰੂ। ਔਰ ਇਸ ਲਈ ਉਹ ਖੁੱਲ੍ਹਾ ਸੱਦਾ ਦੇ ਦਿੰਦੇ ਨੇ, ਆ ਜਾਓ ਜਿਹੜਾ ਆਉਂਦਾ, ਆ ਜਾਓ ਜਿਹੜਾ ਆਉਂਦਾ ਰਹੇਗਾ ਤਾਂ ਮੇਰੇ ਅਧੀਨ। ਉਹ ਜਿਹੜਾ ਇੱਕ ਵਿਚਾਰਕ ਡਿਫਰੈਂਸ ਵਾਲਾ ਗੱਲ ਸੀ ਉਹ ਵੀ ਖਤਮ ਕਰਤੀ ਇਹਨੇ। ਉਹ ਸਾਰੀਆਂ ਚੀਜ਼ਾਂ ਕਰਕੇ ਹੁਣ ਇਹ ਐਂਟੀ ਡਿਫੈਕਸ਼ਨ ਲਾ ਦਾ ਵਜੂਦ ਖਤਮ ਹੋਣਾ ਚਾਹੀਦਾ ਵੈਸੇ ਤਾਂ ਉਸ ਲੈਵਲ 'ਤੇ। ਹਾਂ, ਇੱਕ ਗੱਲ ਇਹ ਜ਼ਰੂਰ ਹੋਣੀ ਚਾਹੀਦੀ ਹੈ, ਜਿਹੜੀ ਥੋੜ੍ਹੀ ਜਿਹੀ ਵੈਸਟਰਨ ਕਈ ਦੇਸ਼ਾਂ 'ਚ ਹੈ, ਜਿਵੇਂ ਈਵਨ ਬਰਤਾਨੀਆ ਦੇ ਵਿੱਚ ਹੈ, ਕਈ ਜਗ੍ਹਾ ਹੈ, ਜਦੋਂ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ ਹੋਵੇ, ਜਦੋਂ ਸਪੀਕਰ ਚੁਣਿਆ ਜਾਂਦਾ ਤਾਂ ਉਹ ਤੁਰੰਤ ਪਾਰਟੀ ਤੋਂ ਰਿਜ਼ਾਈਨ ਕਰਨਾ ਪੈਂਦਾ ਸਪੀਕਰ। ਇਨ ਫਿਊਚਰ ਜੇ ਸਪੀਕਰ ਖੜਾ ਵੀ ਹੋਣਾ ਚਾਹੁੰਦਾ ਤਾਂ ਉਹਦੇ ਮੁਕਾਬਲੇ ਕੋਈ ਕੈਂਡੀਡੇਟ ਖੜਾ ਨਹੀਂ ਕਰਦਾ ਵੀ ਚੱਲ ਠੀਕ ਹੈ ਤੂੰ ਹੁਣ ਕਿਸੇ ਪਾਰਟੀ ਦਾ ਨਹੀਂ ਹੈ। ਸਾਡੇ ਸਪੀਕਰ ਆਪਦੀ ਪਾਰਟੀ ਦੇ ਚੀਫ ਮਿਨਿਸਟਰ ਬਣਨ ਦਾ ਲਾਲਚ ਫਲਾਣੇ ਧਿਮਕੇ ਆਪਦੀ ਪਾਰਟੀ ਮੁਤਾਬਕ ਡਿਸਿਪਲਨ ਜਿਹੜਾ ਚੱਲਦੇ ਰਹਿੰਦੇ ਨੇ। ਔਰ ਇਹਦਾ ਇੱਕ ਪੈਟਰਨ ਸਾਡੇ ਕੋਲ ਹੈ ਵੀ ਆ, ਤੁਸੀਂ ਦੇਖੋਗੇ ਇੱਕ ਵੈਲਿਊ ਇੱਕ ਮਿਸਾਲ ਹੈ ਸਾਡੇ ਸਾਹਮਣੇ। ਜਦੋਂ CPM ਨੇ ਸੋਮਨਾਥ ਚੈਟਰਜੀ ਨੂੰ ਕਿਹਾ ਬਤੌਰ ਲੋਕ ਸਭਾ ਸਪੀਕਰ ਵੀ ਤੂੰ ਵੀ ਵੋਟ ਪਾ ਇੱਧਰ ਸਾਡੇ ਪਾਸੇ ਨਿਊਕਲੀਅਰ ਡੀਲ 'ਤੇ, ਜਦੋਂ ਬਿਲਡ ਰਿਹਾ, ਉਹ ਕਹਿੰਦਾ ਵੀ ਨਹੀਂ ਮੈਂ ਹੁਣ ਸਪੀਕਰ ਹਾਂ, ਮੇਰੀ ਜ਼ਿੰਮੇਵਾਰੀ ਐਜ ਏ ਸਪੀਕਰ ਜ਼ਿਆਦਾ ਪਾਰਟੀ ਮੈਂਬਰ ਨਾਲੋਂ, ਮੈਂ ਨਹੀਂ ਪਾਊਂਗਾ। ਹਾਲਾਂਕਿ ਉਹਨਾਂ ਨੇ ਕੱਢਤਾ ਉਹਨਾਂ ਨੂੰ, ਤੂੰ 11 ਵਾਰ ਦੇ ਮੈਂਬਰ ਪਾਰਲੀਮੈਂਟ। ਔਰ ਉਹ ਅਲੱਗ ਹੈ, ਇਹੋ ਜਿਹੀ ਇੱਕ ਅਮੈਂਡਮੈਂਟ, ਇਹ ਕੋਈ ਬਹੁਤ ਬੜੀ ਅਮੈਂਡਮੈਂਟ ਰਹੀ ਜੋ ਤੁਸੀਂ ਸਪੀਕਰ ਬਣਾਉਣੇ ਨੇ। ਜੇ ਉਹਨੂੰ ਪਾਰਟੀ ਤੋਂ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਏਗਾ, ਉਹ ਨਿਊਟਰਲ ਹੋਵੇ ਅਤੇ ਉਦੋਂ ਬਾਅਦ ਉਹਦੀ ਸੀਟ ਵੀ ਸਿਕਿਓਰ ਹੋਵੇ, ਜੇ ਉਹ ਲੜਨਾ ਚਾਹੁੰਦਾ ਤਾਂ ਉਹਦੇ ਮੁਕਾਬਲੇ ਨਾ ਕੋਈ ਖੜਾ ਕਰੇ। ਫਿਰ ਵੀ ਥੋੜ੍ਹਾ ਬਹੁਤ ਫਰਕ ਤਾਂ ਪੈ ਸਕਦਾ, ਫਿਰ ਸਪੀਕਰ ਵਿਵੇਕ ਨਾਲ ਗੱਲ ਕਰਨਗੇ ਆਪਣੀ ਵੀ ਚਲੋ ਹਾਂ ਆਪਾਂ ਇੰਡੀਪੈਂਡੈਂਟ ਕਰਨਾ ਹੈ, ਹੁਣ ਕਿਸੇ ਦੀ ਇਕੱਲੇ ਦੀ ਨਹੀਂ ਮੰਨਦੇ। ਕਾਫੀ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਵਿਚਾਰਨਾ ਜਦੋਂ ਖੁੱਲੂਗਾ ਮਾਮਲਾ। ਜੇ ਮੈਂ ਇਸ ਲਈ ਗੱਲ ਕਰਦਾ ਕਿ ਪਾਰਲੀਮੈਂਟ ਅਤੇ ਅਸੈਂਬਲੀਆਂ 'ਚ ਡਿਬੇਟ ਹੋਵੇ ਖੁੱਲ੍ਹ ਕੇ, ਫਿਰ ਸ਼ਾਇਦ ਸਾਰੇ ਪੁਆਇੰਟ ਆਉਣਗੇ, ਹਰੇਕ ਬੰਦਾ ਕੋਈ ਨਾ ਕੋਈ ਲਿਆਊਗਾ, ਕਿ ਲੋਕ ਵੀ ਲਿਖਣਗੇ ਬਾਹਰ ਅਖਬਾਰਾਂ 'ਚ, ਟੀਵੀਆਂ 'ਤੇ ਬਹਿਸਾਂ ਹੋਣਗੀਆਂ, ਅੰਦਰ ਵੀ ਬਹਿਸਾਂ ਹੋਣਗੀਆਂ, ਤਾਂ ਇਹਦੇ ਨਾਲ ਕੋਈ ਕੰਸੈਂਸਸ ਦਾ ਸ਼ਾਇਦ ਹੌਲੀ ਹੌਲੀ ਰਸਤਾ ਨਿਕਲੂਗਾ। ਇਹਦੀ ਰੈਲੇਵੈਂਸੀ ਤਾਂ ਬਣਦੀ ਹੈ ਨਾ ਵਨ ਨੇਸ਼ਨ ਵਨ ਇਲੈਕਸ਼ਨ ਦੀ, ਕਿ ਜੇਕਰ ਤੁਸੀਂ ਇਨ ਫਿਊਚਰ ਘੱਟੋ ਘੱਟ 30 ਕੁ ਸਾਲ 25-30 ਸਾਲ ਕੋਈ ਦਰਮਿਆਨ 'ਚ ਚੋਣ ਨਹੀਂ ਹੋਣ ਦੇਣੀ। ਇੱਕ ਵਾਰੀ ਦੇਸ਼ ਵਿੱਚ ਚੋਣ ਹੋਊਗੀ, ਫਿਰ ਚੋਣ ਜਾਬਤਿਆਂ ਦਾ ਝੰਝਟ ਮੁੱਕ ਜੇ, ਸਰਕਾਰ ਕੰਮ ਕਰੇ ਆਪਣੇ ਲੋਕਾਂ ਲਈ, ਫਿਰ ਜੇ ਕੋਈ ਵਿਧਾਨ ਸਭਾ ਦਰਮਿਆਨ 'ਚ ਪੰਗੇ 'ਚ ਆਉਂਦੀ ਆ ਤਾਂ ਉਹਦੇ ਲਈ ਬਦਲਵੇਂ ਪ੍ਰਬੰਧ ਕੀ ਹੋਣ, ਕੀ ਉਹਦੇ ਵਿੱਚ ਫਿਰ ਪੂਰਾ ਹਾਊਸ ਰਲਾ ਕੇ ਸਰਕਾਰ ਬਣਾਤੀ ਜਾਵੇ ਜੀ। ਫਿਰ ਦੇਸ਼ ਦਾ ਰਾਸ਼ਟਰਪਤੀ ਕਿਸੇ ਪਾਰਟੀ ਦੀ ਸਰਕਾਰ ਨਾ ਰੱਖੇ ਤੇ ਜਿੰਨੇ MLA ਚੁਣ ਕੇ ਆਏ ਉਹਨਾਂ ਨੂੰ ਕਹੇ ਆਪਣਾ ਨੇਤਾ ਚੁਣ ਲਓ। ਇਹ ਸਾਰੀਆਂ ਚੀਜ਼ਾਂ ਤਾਂ ਹੋ ਸਕਦੀਆਂ ਨੇ ਕਿ ਤੁਸੀਂ ਉੱਥੇ ਫਿਰ ਰਾਸ਼ਟਰਪਤੀ ਰਾਜ ਲਾਉਣਾ ਹੈ ਅਗਲੇ ਜਿੰਨਾ ਵੀ ਸਮਾਂ ਰਹਿੰਦਾ ਹੋਵੇ, ਔਰ ਜੇ ਪਾਰਲੀਮੈਂਟ 'ਚ ਇਹੋ ਜਿਹੀ ਪੋਜੀਸ਼ਨ ਆ ਜੇ ਕਿ ਸਰਕਾਰ ਡਿੱਗਦੀ ਹੈ ਤਾਂ ਫਿਰ ਮਿਡ ਟਰਮ ਚੋਣ ਹੋਊਗੀ ਜਾਂ ਕਿ ਇਹਦਾ ਬਦਲਵਾਂ ਪ੍ਰਬੰਧ ਕੀ ਹੋਊਗਾ। ਸੋ ਕੀ ਜੇ ਮਿਡ ਟਰਮ ਪਾਰਲੀਮੈਂਟ ਹੁੰਦੀ ਹੈ ਤੇ ਨਾਲ ਸਾਰੀਆਂ ਵਿਧਾਨ ਸਭਾਵਾਂ ਡਿਸੋਲਵ ਕਰਨੀਆਂ ਪੈਣਗੀਆਂ ਜਾਂ ਰੱਦ ਸਾਰੀਆਂ ਵਿਧਾਨ ਸਭਾਵਾਂ ਭੰਗ ਕਰਨੀਆਂ ਪੈਣਗੀਆਂ? ਪੜਾਅ ਹੋ ਸਕਦੇ, ਫਿਰ ਪੜਾਅ ਕਿੰਨੇ? 6 ਮਹੀਨੇ ਇਲੈਕਸ਼ਨ ਹੀ ਚੱਲਦੀ, 6 ਮਹੀਨੇ ਦੇ ਪੜਾਅ ਬਣਾਉਣੇ ਪੈਣਗੇ ਤੁਹਾਨੂੰ ਐ ਤਾਂ ਇਸ ਹਾਲਾਤ ਨਾਲ ਜਿਹੜੇ ਨਾਲ ਅੱਜ ਕੱਲ੍ਹ ਬਣਾ ਰਹੇ ਹੋ। 2-2 ਮਹੀਨੇ ਤਾਂ ਹੁਣ ਵੀ ਲੱਗ ਰਹੇ ਨੇ ਨਾ 4-4 ਸਟੇਟਾਂ ਲਈ ਵੀ ਅੱਗੇ ਤੋਂ ਅੱਗੇ ਜਿੱਥੇ UP ਵਰਗੇ ਤੁਸੀਂ 5 ਵਾਰ ਕਹਿ ਦਿੰਦੇ ਹੋ, 7 ਵਾਰ ਕਹਿ ਦਿੰਦੇ ਹੋ,
ਤੇ ਜੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਬਣਾਉਣੇ ਪੈਣਗੇ ਫਿਰ ਇੰਨਾ ਚਿਰ ਲੋਕ ਉਹਦੇ 'ਚ ਹੀ ਰਹਿਣਗੇ, ਉਦੋਂ ਜਦੋਂ ਦੁਬਾਰਾ ਇਲੈਕਸ਼ਨ ਆ ਜਾਂਦੀ ਉਹ ਚੰਗੀ ਹੁੰਦੀ ਹੈ, ਮਹੀਨੇ 'ਚ ਕੰਮ ਤਾਂ ਨਿਬੜ ਜਾਂਦਾ ਕਿਤੇ ਵੀ, ਇਹ ਜਿਹੜਾ ਇੱਕ ਕੰਮ ਹੈ। ਔਰ ਫਿਰ ਲੋਕ ਕਿਆ ਕਰਨਗੇ ਵੀ ਅੱਛਾ ਇਲੈਕਸ਼ਨ ਦਾ ਰਿਜ਼ਲਟ ਆਇਆ ਕਰੂਗਾ ਨਾ, ਜਦੋਂ ਅੱਜ ਸ਼ੁਰੂ ਹੋ ਗਈ ਪ੍ਰਕਿਰਿਆ, ਰਿਜ਼ਲਟ ਆਇਆ ਕਰੂ 8 ਮਹੀਨਿਆਂ ਬਾਅਦ, ਲੋਕ ਦੇਖੀ ਜਾਇਆ ਕਰਨਗੇ ਵੋਟ ਕਿਹਨੂੰ ਪਾਈ ਹੈ, ਕਿਵੇਂ ਹੋ ਗਿਆ, ਕੀ ਆ ਗਿਆ, ਕੀ ਨਹੀਂ ਆ ਗਿਆ। ਪ੍ਰੈਕਟੀਕੇਬਿਲਟੀ ਵੀ ਤਾਂ ਇੱਕ ਗੱਲ ਹੈ, ਵੈਸੇ ਅਸੂਲਣ ਜਿੱਥੇ ਪਾਰਲੀਮੈਂਟਰੀ ਟਾਈਪ ਆਫ ਡੈਮੋਕ੍ਰੇਸੀ ਹੈ ਸਾਡੇ ਬਣ ਦੀ ਕੰਟਰੀ 'ਚ, ਜਿੱਥੇ ਫੈਡਰਲ ਸਟਰਕਚਰ ਦੀ ਬੇਹੱਦ ਜ਼ਿਆਦਾ ਲੋੜ ਹੈ, ਇਹ ਪ੍ਰਿੰਸੀਪਲ ਹੀ ਗਲਤ ਹੈ ਇੱਕ ਦੇਸ਼ ਇੱਕ ਚੋਣ ਦਾ ਜਿਹੜਾ ਸਲੋਗਨ। ਜੀ ਮੈਂ ਅੱਗੇ ਵਧਾ, ਹੁਣ ਸਵਾਲ ਭਗਵੰਤ ਮਾਨ ਸਾਹਿਬ ਸਰਕਾਰ ਦੀ 2.5 ਸਾਲ ਪੂਰੇ ਹੋਣ ਦਾ, ਕੱਲ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਐਲਾਨ ਕਰਤਾ ਵੀ ਮੈਂ ਤਾਂ ਭਾਈ ਚੱਲਿਆ, ਆਪਾਂ ਅਸਤੀਫਾ 2 ਦਿਨ 'ਚ ਦੇ ਦੇਣਾ, ਮਨੀਸ਼ ਸਿਸੋਦੀਆ ਬਣਨਗੇ ਨਹੀਂ ਕਿਉਂਕਿ ਉਹ ਵੀ ਸੇਮ ਸਥਿਤੀ 'ਚ ਨੇ, ਇਸ ਕਰਕੇ ਹੁਣ ਉੱਥੇ ਤਾਂ ਰੌਲਾ ਹੈ ਹੀ ਹੈ, ਕੌਣ ਬਣੂਗਾ। ਪੰਜਾਬ ਦੇ ਉੱਤੇ ਵੀ ਉੱਥੋਂ ਦਾ ਅਸਰ ਦੇਖਿਆ ਜਾ ਰਿਹਾ, ਕੋਈ ਮੰਨੇ ਨਾ ਮੰਨੇ ਚੀਜ਼ਾਂ ਮੈਨੇਜ ਹੋ ਜਾਣ ਗੱਲ ਵੱਖਰੀ ਗੱਲ ਆ, ਪਰ ਦਿੱਲੀ ਦੇ ਵਿੱਚ ਕਸ਼ੀਦਗੀ ਪਾਈ ਗਈ ਪੰਜਾਬ ਨੂੰ ਲੈ ਕੇ। ਆਪਾਂ ਜੇ ਤੇ ਡਿਟੇਲ 'ਚ ਨਹੀਂ ਜਾਵਾਂਗੇ, ਇਹ ਜ਼ਰੂਰ ਗੱਲ ਕਰਾਂਗੇ ਕਿ ਕੇਜਰੀਵਾਲ ਦੇ ਜਾਨਸ਼ੀਨ ਵਜੋਂ ਕੌਣ ਅੱਗੇ ਵੱਧ ਰਿਹਾ, ਪਰ ਉਸ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਦੇ 2.5 ਸਾਲ ਪੂਰੇ ਹੋ ਗਏ ਸਰਕਾਰ ਦੇ, ਔਰ ਦਰਮਿਆਨ ਦੇ ਵਿੱਚ 2-3 ਇਲੈਕਸ਼ਨਾਂ ਖੜੀਆਂ ਨੇ, ਹੁਣ ਜਿਹੜੀ ਪੰਚਾਇਤੀ ਚੋਣ ਹੋਣ ਵਾਲੀ ਆ, ਨਗਰ ਕੌਂਸਲਾਂ ਦੀਆਂ ਚੋਣਾਂ ਹੋਣ ਵਾਲੀਆਂ। ਇੱਕ ਖਬਰ ਹੋਰ ਵੀ ਅੱਗੇ ਵੱਧ ਰਹੀ ਸੀ ਕਿ ਕੀ ਅਗਲੇ ਮਹੀਨੇ ਚੋਣ ਕਰਵਾਈ ਜਾ ਸਕਦੀ ਹੈ, ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀਆਂ ਪ੍ਰਾਪਤੀਆਂ ਕਿੰਨੀਆਂ ਕਿ ਨੇ, ਇਹਨੂੰ ਆਪਾਂ ਪਾਸੇ ਰੱਖ ਕੇ ਜੇ ਮੈਂ ਇਹ ਪੁੱਛਾਂ ਕਿ ਪੰਚਾਇਤੀ ਚੋਣ ਕੀ ਅਗਲੇ ਮਹੀਨੇ 'ਚ ਸੰਭਵ ਹੈ, ਜਿਵੇਂ ਕਿ ਕੰਸੋ ਹੈ, ਇਹਦੇ 'ਚ ਡਿਪੈਂਡ ਕਰਦਾ। ਵੈਸੇ ਪੰਚਾਇਤੀ ਚੋਣ ਪੰਚਾਇਤ ਡਿਪਾਰਟਮੈਂਟ ਵਾਲੇ ਕਹਿੰਦੇ ਨੇ ਸਾਡੇ ਕੋਲ ਤਾਂ ਕਾਫੀ ਕੁਛ ਠੀਕ ਹੈ, ਅਸੀਂ ਕਰੀ ਬੈਠੇ ਹਾਂ, ਬਾਕੀ ਰਿਜ਼ਰਵੇਸ਼ਨਾਂ ਰਿਜ਼ੋਲੂਸ਼ਨਾਂ ਜੇ ਹੋਣੀਆਂ ਨੇ, ਨਵੇਂ ਸਿਰੇ ਹੋਏ ਅਮੈਂਡਮੈਂਟਾਂ ਕਰਦੇ ਨੇ, ਪਰ ਰੌਲੇ ਇਹ ਕਈ ਨਾਲ ਚੀਜ਼ਾਂ ਜੁੜੀਆਂ ਹੋਈਆਂ ਨੇ। ਇੱਕ ਤਾਂ ਮਿਊਂਸੀਪਲ ਇਲੈਕਸ਼ਨ ਤਾਂ 4-4 ਸਾਲ ਹੋ ਗਏ ਕਈ ਜਗ੍ਹਾ, ਮਤਲਬ ਕਈ ਕਾਰਪੋਰੇਸ਼ਨਾਂ ਦੀ ਕਈ ਜਗ੍ਹਾ ਉਹ ਵੀ ਨਹੀਂ ਤੁਸੀਂ ਕਰਵਾ ਪਾਏ, ਔਰ ਇਹ ਵੀ ਟਾਈਮ 'ਤੇ ਕਿਉਂ ਨਹੀਂ ਹੋਈ, ਜਿਵੇਂ ਹਾਈਕੋਰਟ ਨੇ ਸਵਾਲ ਪੁੱਛਿਆ ਹੋਇਆ ਨਾ ਕਿ ਟਾਈਮ 'ਤੇ ਕਿਉਂ ਨਹੀਂ ਹੋਈਆਂ, ਕੀ ਤੁਹਾਡੇ ਦਿੱਕਤਾਂ ਕੀ ਸੀ, ਉਹਦੇ ਲਈ ਵੀ ਅਜੇ ਸਰਕਾਰ ਫਸੀ ਪਈ ਹੈ ਵੀ ਕੀ ਦੱਸੇ। ਜਦ ਤੁਹਾਨੂੰ ਪਤਾ ਵੀ ਆਹ 5 ਸਾਲ ਦੀ ਟੈਨਿਓਰ ਹੁਣ ਇਸ ਡੇਟ ਨੂੰ ਖਤਮ ਹੋਣੀ ਹੈ, ਉਦੋਂ ਪਹਿਲਾਂ ਤੁਸੀਂ ਤਿਆਰੀ ਕਿਉਂ ਨਹੀਂ ਰੱਖਦੇ, ਕਿਉਂ ਗੱਲ ਹੈ ਇਹੋ ਜਿਹਾ, ਕਿਹੜਾ ਨਾ ਕੋਈ ਨੈਚੁਰਲ ਕਲੈਮਿਟੀ ਆ ਗਈ ਸੀ ਜਾਂ ਕੋਈ ਮੈਨ ਮੇਡ ਇਹੋ ਜਿਹਾ ਦਿੱਕਤਾਂ ਆ ਗਈਆਂ ਸੀ, ਉਹ ਕੀ ਆ ਗਈਆਂ ਸੀ, ਅਜੇ ਜਵਾਬ ਦੇਣਾ ਸਰਕਾਰ ਨੇ ਵੀ ਕੀ ਕਾਰਨ ਸੀ। ਤੁਸੀਂ ਅੱਗੇ ਪਹਿਲਾਂ ਭੰਗ ਕਰਨ ਨੂੰ ਤਾਂ ਭੱਜ ਲਏ ਸੀ ਪਹਿਲਾਂ ਹੀ 6 ਮਹੀਨੇ, ਜੇ ਭੰਗ ਕਰਦੇ ਸੀ ਤਾਂ ਉਦੋਂ ਹੋ ਜਾਣੀਆਂ ਚਾਹੀਦੀਆਂ ਸੀ, ਉਦੋਂ ਹੀ ਤੁਸੀਂ ਇਲੈਕਸ਼ਨ ਲਾੜ ਦਿੰਦੇ ਸਗੋਂ ਅੱਗੇ ਜਾ ਕੇ ਕਿ ਜੀ ਇਸ ਤਰੀਕ ਨੂੰ ਇਸ ਡੇਟ ਨੂੰ ਇਲੈਕਸ਼ਨ ਹੋ ਰਹੀ ਹੈ ਤਾਂ ਆਟੋਮੈਟਿਕਲੀ ਇਲੈਕਸ਼ਨ ਹੋ ਜਾਂਦੀ। ਹੁਣ ਵੀ ਅਜੇ ਨਾ ਸੱਟੇ ਨੇ, ਪਹਿਲਾਂ ਤਾਂ ਇਹਨਾਂ ਨੇ ਕਹਿ ਤਾ ਸਪਤੰਬਰ 'ਚ ਕਰਾ ਦਾਂਗੇ, ਹਾਈਕੋਰਟ 'ਚ ਹੀ ਕਿਹਾ ਸੀ, ਹੁਣ ਇਹਨਾਂ ਨੇ ਇੱਕ ਕਹਿ ਤਾ ਅਕਤੂਬਰ ਦੇ ਪਹਿਲੇ ਹਫ਼ਤੇ ਕਰਾ ਦਾਂਗੇ, ਹੁਣ ਕਹਿੰਦੇ ਨੇ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਕਰਾ ਦਾਂਗੇ। ਮੰਨ ਲਓ ਅਕਤੂਬਰ ਦੇ ਵਿੱਚ ਜਿਹੜਾ ਕਮਿਸ਼ਨ ਹੈ ਉਹ ਅਨਾਊਂਸ ਕਰ ਦਿੰਦਾ ਕਿ ਜਿਹੜੀਆਂ ਮਹਾਰਾਸ਼ਟਰ ਦੀਆਂ ਚੋਣਾਂ ਨਵੰਬਰ 'ਚ ਹੋਣੀਆਂ ਨੇ ਅਤੇ ਇੱਥੇ ਝਾਰਖੰਡ 'ਚ ਹੋਣੀਆਂ ਨੇ ਉਹ ਅਕਤੂਬਰ ਦੇ ਮਹੀਨੇ ਹੋਣਗੀਆਂ, 15 ਤੋਂ ਹੋਣਗੀਆਂ ਜਿੰਨੇ ਤੋਂ ਵਰਗੀਆਂ, ਤਾਂ ਮਹੀਨਾ ਡੇਢ ਮਹੀਨਾ ਪਹਿਲਾਂ ਤਾਂ ਅਨਾਊਂਸ ਕਰੂਗਾ ਨਾ, ਉਹ ਅਕਤੂਬਰ 'ਚ ਹੀ ਕਰਨੀਆਂ ਪੈਣਗੀਆਂ, ਅਤੇ ਉਹਦੇ ਨਾਲ ਸਾਡੀਆਂ 4 ਬਾਈ ਇਲੈਕਸ਼ਨਾਂ ਵੀ ਹੋ ਜਾਂਦੀਆਂ ਨੇ। ਫਿਰ ਤੁਸੀਂ ਕਹੋਗੇ ਉੱਪਰਲਾ ਕੋਡ ਲੱਗ ਗਿਆ, ਹੁਣ ਤਾਂ ਜੀ ਪੰਚਾਇਤ ਇਲੈਕਸ਼ਨ ਦਾ ਔਖਾ ਹੋ ਗਿਆ, ਹੁਣ ਆਪਾਂ ਇਹਨੂੰ ਫਿਰ ਦੇਖਾਂਗੇ ਬਾਅਦ ਦੇ ਵਿੱਚ। ਜਿੰਨਾ ਚਿਰ ਡੇਟ ਅਨਾਊਂਸ ਨਹੀਂ ਹੋ ਜਾਂਦੀ ਉਨਾ ਚਿਰ ਕਾਫੀ ਮੁਸ਼ਕਲ ਕੰਮ ਹੈ ਅਜੇ ਪੰਜਾਬ ਸਰਕਾਰ ਦੇ ਵਾਅਦੇ ਤੇ ਯਕੀਨ ਕਰਨਾ ਕਿ ਕਿਰਾ ਹੀ ਦਊਗੀ ਉਸ ਲੈਵਲ ਤੇ, ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ ਵੀ ਨਹੀਂ ਹੈ, ਕੁਛ ਚੀਜ਼ਾਂ ਉਹਦੇ ਆਧਾਰ ਤੇ ਵੀ ਹੋਣਗੀਆਂ ਜਦੋਂ ਅਗਲੀਆਂ 2 ਇਲੈਕਸ਼ਨਾਂ ਹੋਣੀਆਂ ਨੇ, ਤੇ ਸਾਡੇ ਵੀ ਕੋਡ ਲੱਗ ਜੂਗਾ 4 ਚੋਣਾਂ 'ਚ, ਫਿਰ ਇਹ ਉਹਨਾਂ 'ਚ ਬਿਜੀ ਹੋ ਜਾਣਗੇ, ਉੱਥੇ ਕੰਪੇਨ ਕਰਨ ਤਾਂ ਜਾਣਾ ਹੀ ਹੈ ਸਾਰਿਆਂ ਨੇ, ਇਹ ਕਹਿਣਗੇ ਹੁਣ ਤਾਂ ਜੇ ਔਖਾ ਕੰਮ ਹੈ ਜੀ ਉੱਥੇ ਤਾਂ ਜੇ ਨਹੀਂ ਕਰਾ ਸਕਦੇ। ਅੱਛਾ ਉਹਨਾਂ 4 ਹਲਕਿਆਂ 'ਚ ਆਪਾਂ ਪੰਚਾਇਤਾਂ ਛੱਡ ਵੀ ਨਹੀਂ ਸਕਦੇ ਵੀ ਉੱਥੇ ਅਲੱਗ ਕਰਾ ਦੋਗੇ, ਬਾਅਦ ਦੇ ਵਿੱਚ ਦੂਜੀਆਂ ਪਹਿਲਾਂ ਕਰਾ ਲਓ,
ਇਹ ਕਾਫੀ ਅਜੇ ਟੈਕਨੀਕੈਲਿਟੀ ਜੀ ਕੁਝ ਹੈਗੀਆਂ ਨੇ ਜਿਨ੍ਹਾਂ ਨੂੰ ਦੇਖੋ ਸਰਕਾਰ ਡੀਲ ਕਰ ਸਕਦੀ ਹੈ ਨਹੀਂ ਕਰ ਸਕਦੀ। ਜਿਹੜਾ ਅੱਜ ਤੱਕ ਦਾ ਐਡਮਿਨਿਸਟ੍ਰੇਸ਼ਨ ਦਾ ਐਟੀਟਿਊਡ ਹੈ ਤੇ ਸਰਕਾਰ ਦਾ, ਉਹਦੇ ਚ ਮੁਸ਼ਕਲ ਜਗ੍ਹਾ ਬਣਾ ਗਿਆ। ਡਿਸਾਈਸਿਵਨੈਸ ਚ ਜਿਹੜਾ ਫੈਸਲਾ ਕੁਨ ਹੋਣਾ ਹੁੰਦਾ ਨਾ ਚੀਜ਼ਾਂ ਨੇ, ਉਹਦੇ ਚ ਨਹੀਂ ਰਹਿੰਦਾ। ਹਾਂ ਭਗਵੰਤ ਮਾਨ ਹੋਣੀ, ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਲੰਘ ਜਾਂਦਾ। ਅੱਧਾ ਟਾਈਮ ਤਾਂ ਗੁਜ਼ਰ ਗਿਆ ਦੇਖੋ ਸਰਕਾਰ ਦਾ, ਤੇ ਹੁਣੇ ਹੁਣੇ ਬਣੀ ਸੀ, ਬੜਾ ਤੇਜ਼ੀ ਨਾਲ ਕਿਰਦਾ ਜਾਂਦਾ ਹੁੰਦਾ। ਤੇ ਬਿਲਕੁਲ ਉਹਨਾਂ ਕੋਲ ਦਾਅਵਾ ਹੈ ਕਿ ਅਸੀਂ 2.5 ਸਾਲ ਚ ਮੁਫ਼ਤ ਬਿਜਲੀ ਦਿੱਤੀ ਤੁਹਾਨੂੰ, 600 ਯੂਨਿਟ ਦਿੱਤਾ, ਜਿਹਦੇ ਨਾਲ 90% ਪਰਿਵਾਰਾਂ ਨੂੰ ਦਿੱਤਾ। ਫਿਰ ਅਸੀਂ ਕਿਸਾਨਾਂ ਦੀ ਵੀ ਮੁਫ਼ਤ ਬਹਾਲ ਰੱਖੀ, ਫਿਰ ਅਸੀਂ ਇੰਡਸਟਰੀ ਨੂੰ ਵੀ ਮੁਫ਼ਤ ਦੇ ਰਹੇ ਹਾਂ ਜਿਹੜਾ ਕੋਈ ਸੂਬਾ ਨਹੀਂ ਦੇ ਰਿਹਾ। ਅਸੀਂ ਬਹੁਤ ਕੰਮ ਕਰ ਰਹੇ ਹਾਂ ਇਹੋ ਜਿਹੇ, ਤੇ ਪਾਣੀ ਵੀ ਖੇਤ ਤੱਕ ਪਹੁੰਚਾ ਰਹੇ ਹਾਂ ਕੁਝ ਇਹ ਉਹਨਾਂ ਕੋਲ ਨੇ। ਅਸੀਂ ਸਿੱਖਿਆ ਕ੍ਰਾਂਤੀ ਲਿਆਂਦੀ ਮੈਰੀਟੋਰੀਅਸ ਸਕੂਲਾਂ ਤੋਂ ਬਜਾਏ, ਅਸੀਂ ਹੁਣ ਸਕੂਲ ਆਫ ਐਮਿਨੈਸ ਤੱਕ ਲੈ ਗਏ। ਹੁਣ ਅਸੀਂ ਸਿਹਤ ਕ੍ਰਾਂਤੀ ਲਿਆਂਦੀ, ਅਸੀਂ ਦੇਖੋ ਜੀ ਆਮ ਆਦਮੀ ਕਲੈਨਿਕ ਖੋਲ੍ਹਤੇ। ਪਰ ਇਹਨਾਂ ਦਾ ਵਿਸ਼ਲੇਸ਼ਣ ਥੋੜ੍ਹਾ ਜਿਹਾ ਇਸ ਗੰਭੀਰਤਾ ਨਾਲ ਕਰਨਾ। ਬਿਲਕੁਲ ਇਹ ਦਾਅਵੇਦਾਰੀਆਂ ਨੇ, ਸਰਕਾਰ ਨੂੰ ਹੱਕ ਹੁੰਦਾ ਆਪਣੀ ਦਾਅਵੇਦਾਰੀ ਪੂਰੀ ਕਰਨ। ਜਿੰਨੀ ਤੁਸੀਂ ਫ੍ਰੀ ਦੇਤੀ ਠੀਕ ਹੈ ਜੀ, ਦੇਤੀ, ਉਹਦੇ ਮੁਕਾਬਲੇ ਪੰਜਾਬ ਦੇ ਲੋਕਾਂ ਸਿਰ ਕਰਜ਼ਾ ਕਿੰਨਾ ਚੜ੍ਹਾ ਕੰਪੈਰੇਟਿਵਲੀ। ਉਹਨਾਂ ਨੂੰ ਫ੍ਰੀ ਆ ਰਹੀ ਹੈ ਜਾਂ ਉਹ ਦੱਬ ਰਹੇ ਨੇ ਕਿਸੇ ਹੋਰ ਮਾਮਲੇ ਦੇ ਵਿੱਚ। ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਕਰਜ਼ੇ ਦੀ ਰਫ਼ਤਾਰ ਆ ਹੁਣੇ, ਅਜੇ ਤੁਸੀਂ 10,000 ਕਰੋੜ ਦੀ ਲਿਮਿਟ ਹੋਰ ਮੰਗ ਰਹੇ ਹੋ ਕਿ ਤੁਰੰਤ ਚਾਹੀਦਾ, ਨਹੀਂ ਤਾਂ ਕੰਮ ਗੜਬੜ ਹੈ। ਤੇ ਜੇ ਉਹ ਤੁਹਾਡਾ ਚਲਾ ਜਾਊਗਾ ਕਰਜ਼ੇ ਦੇ ਵਿਆਜ ਦੀ ਕਿਸ਼ਤ 23,000 ਕਰੋੜ ਨੂੰ ਪਹੁੰਚ ਗਈ, 20,000 ਕਰੋੜ ਤੋਂ ਵੱਧ ਕੇ 3,000 ਕਰੋੜ ਹੋਰ ਐਡੀਸ਼ਨ ਕੇਵਲ ਵਿਆਜ ਦਾ ਹੋ ਗਿਆ, ਤੇ ਲਗਭਗ ਮਤਲਬ 3.5-4 ਲੱਖ ਕਰੋੜ ਤੇ ਅਗਲੇ ਸਾਲ ਤੱਕ ਇਹ ਕਰਜ਼ਾ ਚਲਾ ਜਾਊਗਾ ਤੁਹਾਡਾ, ਜਿਹੜਾ ਓਵਰਆਲ ਕਰਜ਼ਾ ਲੈ ਰਹੇ ਹੋ ਤੁਸੀਂ ਪਹਿਲਾਂ ਨਾਲੋਂ ਪੁਰਾਣੇ ਨਾਲੋਂ। ਰਫ਼ਤਾਰ ਵੀ ਤੇਜ਼ ਹੋ ਗਈ ਹੈ ਕਰਜ਼ਾ ਲੈਣ ਦੀ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹਨੂੰ ਹੁਣ ਇਹਦੇ 'ਚ ਲੋਕ ਹੱਸਣ, ਇਹਦੇ 'ਤੇ ਰਿਲੀਫ ਫੀਲ ਕਰਨ, ਜਾਂ ਇਹਦੇ 'ਤੇ ਵਜਨ 'ਤੇ ਹੇਠ ਫੀਲ ਕਰਨ, ਇਹ ਸੋਚ ਪ੍ਰਣਾਲੀ ਦਾ ਸਵਾਲ ਹੈ। ਜਿਹੜੇ ਇਕਾਨਮੀ ਨੂੰ ਸਮਝਣ ਵਾਲੇ ਲੋਕ ਨੇ, ਅਰਥ ਸ਼ਾਸਤਰੀ ਨੇ, ਬਾਕੀ ਨੇ, ਉਹ ਕਹਿੰਦੇ ਨੇ ਪੰਜਾਬ ਦਾ ਫਿਊਚਰ ਬਲੀਕ ਹੋ ਰਿਹਾ ਹੈ, ਮਤਲਬ ਡਾਰਕ ਹੋ ਰਿਹਾ, ਗਲਤ ਹੋ ਰਿਹਾ, ਖਰਾਬ ਹੋ ਰਿਹਾ। ਤੇ ਅਸੀਂ ਕਹਿ ਰਹੇ ਹਾਂ ਤੁਹਾਨੂੰ ਦੇਤਾ ਜੀ, ਦੇਖੋ ਜੀ ਹੁਣੇ ਤਾੜੀ ਵਜਾਓ ਤੁਹਾਨੂੰ ਬਿਜਲੀ। ਇੱਕ ਤਾਂ ਇਹ 2 ਸਾਲ ਤੱਕ ਸੋਚਣਾ, ਇੱਕ ਥੋੜ੍ਹਾ ਜਿਹਾ ਲੰਮਾ ਸੋਚਣਾ ਕਿ ਤੁਸੀਂ ਕੀ ਕਰਦੇ ਹੋ ਕੀ ਨਹੀਂ। ਔਰ ਇਹਦੇ ਨਾਲ ਜਦੋਂ ਤੁਸੀਂ ਕਰਜ਼ੇ 'ਚ ਜਾਂਦੇ ਦੂਜਾ ਵੀ ਫਰਕ ਪੈਂਦਾ। ਜਦੋਂ ਕਰਜ਼ੇ 'ਚ ਜਾਂਦੇ ਹੋ ਤੁਹਾਡੇ ਕੋਲ ਆਪਣੀਆਂ ਸੰਸਥਾਵਾਂ 'ਤੇ ਖਰਚ ਕਰਨ ਲਈ ਪੈਸਾ ਹੀ ਨਹੀਂ ਬਚਦਾ। ਜਦੋਂ ਉਹ ਪੈਸਾ ਨਹੀਂ ਬਚਦਾ ਫਿਰ ਲੋਕਾਂ ਨੂੰ ਆਪਣੀਆਂ ਜੇਬਾਂ 'ਚੋਂ ਖਰਚਾ ਕਰਨਾ ਪੈਂਦਾ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਹੈਲਥ ਹੋਵੇ, ਚਾਹੇ ਬਿਮਾਰੀਆਂ, ਜਿੱਥੇ ਮਰਜ਼ੀ। ਉਹ ਲੋਕਾਂ ਦੇ ਸਿਰ ਵੀ ਕਰਜ਼ਾ ਜ਼ਿਆਦਾ ਚੜ੍ਹਨ ਲੱਗ ਜਾਂਦਾ। ਤੁਸੀਂ ਪਬਲਿਕ ਸੈਕਟਰ ਦੀਆਂ ਸੰਸਥਾਵਾਂ 'ਚ ਨਾ ਰੈਗੂਲਰ ਲੈਕਚਰਾਰ ਕਾਲਜ 'ਚ ਭਰਤੀ ਕਰ ਸਕਦੇ ਹੋ, ਜੇ ਲੈਕਚਰਾਰ ਰੈਗੂਲਰ ਨਹੀਂ ਭਰਤੀ ਕਰ ਸਕਦੇ, ਉਹ ਡਾਂਗਾ ਖਾ ਰਹੇ ਨੇ ਰੋਜ਼ ਤੁਹਾਡੇ ਸਾਹਮਣੇ ਨੇ ਜਿਸ ਲੈਵਲ 'ਤੇ ਹੈ। ਔਰ ਇਹ ਚੀਜ਼ਾਂ ਨਹੀਂ ਕਰਦੇ, ਇਹ ਡਬਲ ਐਜਿਕ ਤਲਵਾਰ ਹੁੰਦੀ ਹੈ। ਸਰਕਾਰ ਇਕੱਲੀ ਬੋਝ 'ਚ ਨਹੀਂ ਜਾਂਦੀ, ਉਹ ਲੋਕ ਵੀ ਕਰਜ਼ੇ ਦੇ ਬੋਝ 'ਚ ਜਾਂਦੇ ਰਹਿੰਦੇ ਨੇ, ਹੋਰ ਜ਼ਿਆਦਾ ਡਬਲ ਹੁੰਦਾ। ਦੂਜੀ ਗੱਲ, ਹੁਣ ਤੁਸੀਂ NHMM ਆਮ ਆਦਮੀ ਪਾਰਟੀ ਕਲੀਨਿਕ ਹੈ, ਹੁਣੇ ਤੁਸੀਂ ਥੋੜ੍ਹਾ ਜਿਹਾ ਬਦਲ ਕੇ ਆਏ ਹੋ, ਉਹਨਾਂ ਨੇ ਪੈਸੇ ਨਹੀਂ ਦਿੱਤੇ ਗੌਰਮੈਂਟ ਆਫ ਇੰਡੀਆ ਨੇ ਤੁਹਾਨੂੰ ਕਿ ਤੁਸੀਂ ਆਮ ਆਦਮੀ ਪਾਰਟੀ ਨਾਂ ਕਿਉਂ ਰੱਖ ਲਿਆ ਉੱਥੇ ਆਮ ਆਦਮੀ ਕਲੀਨਿਕ, ਤੁਸੀਂ ਪਹਿਲਾਂ ਵਾਲਾ ਕਿਉਂ ਨਹੀਂ ਰੱਖਿਆ ਡਿਸਪੈਂਸਰੀ, ਆ ਰੂਲ ਦੀ ਵਾਇਲੇਸ਼ਨ ਹੈ। ਹੁਣ ਕੋਈ ਕਹਿੰਦੇ ਨੇ ਹੈਲਥ ਮਿਨਿਸਟਰ ਗਏ ਸੀ ਮਾੜਾ ਮੋਟਾ ਕਰਕੇ, ਹੁਣ ਇੰਨੇ ਦਿਨ ਤਾਂ ਉਹਨਾਂ ਨੂੰ ਪੈਸੇ ਨਹੀਂ ਮਿਲੇ ਲੋਕਾਂ ਨੂੰ, ਤੇ ਹੁਣ ਤੁਸੀਂ ਬਦਲ ਗਏ ਇਕੱਲੇ ਨਾਮ ਕਰਕੇ, ਕਿਉਂ ਇਹ ਕੰਮ ਕੀਤਾ ਸੀ ਫਿਰ? ਫਿਰ ਤੁਸੀਂ ਐਜੂਕੇਸ਼ਨ 'ਚ ਜਿਹੜਾ ਸਕੂਲ ਆਫ ਹੈਪੀਨੈਸ ਦੀ ਗੱਲ ਕਰਦੇ ਹੋ, PM ਸੀਰੀ 'ਚ ਤੁਹਾਨੂੰ ਉੱਥੋਂ ਪੈਸਾ ਨਹੀਂ ਆਇਆ ਕਿਉਂਕਿ ਤੁਸੀਂ MOU ਸਾਈਨ ਨਹੀਂ ਕੀਤਾ PM ਸੀਰੀ ਦਾ, ਕਿ ਤੁਸੀਂ ਕਹਿੰਦੇ ਸੀ ਅਸੀਂ ਤਾਂ ਸਕੂਲ ਆਫ ਐਮੀਨੈਂਸ ਆਪਾਂ ਬਣਾਏ ਨੇ ਜੀ, ਸਾਡਾ ਆਪਣਾ ਸਿਸਟਮ ਹੈ। ਹੁਣ ਤੁਸੀਂ ਉੱਧਰ ਵੀ ਜਾ ਕੇ MOC ਉਦੋਂ ਬਾਅਦ ਸਾਈਨ ਕਰ ਰਹੇ ਹੋ, ਉਹਨਾਂ ਦੀ ਉਹ ਮੰਨੋਗੇ ਇੱਕ ਲੈਵਲ ਦੇ ਉੱਤੇ ਜਾ ਕੇ। ਫਿਰ ਰੂਰਲ ਡਿਵੈਲਪਮੈਂਟ ਫੰਡ ਤੁਹਾਡੇ ਕੋਲ ਨਹੀਂ ਆ ਰਿਹਾ ਜਿਹੜਾ ਤੁਹਾਡਾ, ਉਹ ਵੀ ਉੱਥੇ ਫਸਿਆ ਪਿਆ।
ਜਿਹੜੇ ਇਹ ਇਸ਼ੂਜ ਨੇ ਵੱਡੇ ਤੇ ਇਹ ਬਹੁਤ ਨੇ, ਫਿਰ ਤੁਹਾਡੇ ਕੋਲ ਕੋਈ ਐਗਰੀਕਲਚਰ ਪਾਲਿਸੀ ਜਿਹਨੂੰ ਤੁਸੀਂ ਬਹੁਤ ਪਹਿਲਾਂ ਚੰਗੇ ਤਰੀਕੇ ਨਾਲ ਟਰਾਈ ਕੀਤਾ ਵੀ ਹਾਂਜੀ ਅਸੀਂ ਲਿਆਵਾਂਗੇ, ਸਾਨੂੰ ਪਤਾ ਵੀ ਹੈ, ਤੇ ਉਹ ਡਰਾਫਟ ਪਿਆ ਹੋਇਆ? ਡਰਾਫਟ ਵੀ ਹੁਣ ਤਾਂ ਦੋ ਪਏ ਹੋਏ ਨੇ, ਇੱਕ ਮੋਸਟਨ ਵਾਲਾ ਪਿਆ ਤੇ ਇੱਕ ਤੁਹਾਡਾ ਪਿਆ, ਇਹ ਲੋਕਾਂ ਨੂੰ ਕਿਉਂ ਨਹੀਂ ਦਿਖਾਉਂਦੇ ਜਿਹੜਾ ਤੁਸੀਂ ਕੰਮ ਕਰਦੇ ਹੋ? ਲੋਕਾਂ ਨੂੰ ਮਤਲਬ ਰਾਏ ਲੈ ਲਓ, ਜਨਤਕ ਲੈ ਲਓ। ਹੁਣ ਕਹਿੰਦੇ ਨੇ ਅਸੀਂ ਇੱਕ ਯੂਨੀਅਨ ਨੂੰ ਦਿਆਂਗੇ 30 ਸਤੰਬਰ ਤੱਕ, ਇੱਕ ਇਕੱਲੀ ਯੂਨੀਅਨ ਨੂੰ ਕਿਉਂ ਦਊਂਗੇ ਜੀ? ਪੰਜਾਬ ਦੇ ਲੋਕਾਂ ਦੇ 3 ਕਰੋੜ ਦੇ ਨੁਮਾਇੰਦਾ, ਸਾਰਿਆਂ ਨੂੰ ਦੇ ਦਿਓ, ਦੂਜੇ ਵੀ ਪੜ੍ਹ ਲੈਣਗੇ, ਕੋਈ ਗੁਨਾਹ ਹੋ ਜਾਊਗਾ? ਮਤਲਬ ਜੇ ਸਾਰਿਆਂ ਨੂੰ ਦੇ ਦਓਗੇ, ਉਹਨੂੰ ਜਨਤਕ ਕਰ ਦਓਗੇ, ਕਿਸੇ ਸਾਈਟ ਤੇ ਪਾ ਦਓਗੇ, ਕੁਛ ਕਰ ਦਓਗੇ, ਤਾਂ ਬਾਕੀ ਲੋਕਾਂ ਦਾ ਵੀ ਹੱਕ ਓਨਾ ਹੀ ਆ ਤੁਹਾਡਾ, ਕਿ ਇਹਦਾ ਮਤਲਬ ਯੂਨੀਅਨ ਧਰਨਾ ਲਾਇਆ ਉਹਦੇ ਨਾਲ ਕਮਿਟਮੈਂਟ ਹੋਊਗੀ, ਤੁਹਾਨੂੰ ਉਹਨਾਂ ਨੂੰ ਕਾਪੀ ਦੇ ਦਊਗੀ। ਬਾਕੀ ਨੂੰ ਵੀ ਤਾਂ ਉੱਥੇ ਕਰਨਾ, ਇਕਾਨਮਿਸਟਾਂ ਨੇ ਉੱਥੇ ਰਾਏ ਪ੍ਰਗਟ ਕਰਨੀ ਹੈ, ਮਜ਼ਦੂਰਾਂ ਨੇ ਵੀ ਉੱਥੇ ਰਾਏ ਪ੍ਰਗਟ ਕਰਨੀ ਹੈ ਕਿ ਮੇਰੇ ਵੀ ਹਿੱਤ 'ਚ ਹੈ ਕਿ ਨਹੀਂ, ਸਿਵਲ ਸੁਸਾਇਟੀ ਨੇ ਉੱਥੇ ਰਾਏ ਪ੍ਰਗਟ ਕਰਨੀ ਹੈ, ਸਭ ਦੇ ਲਈ ਇਹੋ ਜ਼ਰੂਰੀ ਚੀਜ਼। ਖੇਤੀ ਪਾਲਿਸੀ ਇਕੱਲੀ ਸਰਕਾਰ ਜਾਂ ਯੂਨੀਅਨ ਦੀ ਨਹੀਂ ਹੁੰਦੀ, ਉਹ ਸਟੇਟ ਦੀ ਹੁੰਦੀ ਹੈ, ਅਤੇ ਸਟੇਟ 'ਤੇ ਸਭ ਦਾ ਬਰਾਬਰ ਦਾ ਹੱਕ ਹੁੰਦਾ। ਇਹ ਜਿਹੜੇ ਫੈਸਲੇ ਨੇ ਜਿਹੜੇ ਤਰੀਕਿਆਂ ਨਾਲ ਹੋ ਰਹੇ ਨੇ, ਇਹਨਾਂ ਨੂੰ ਵੀ ਸੋਚਣਾ ਪਏਗਾ। ਫਿਰ ਗਵਰਨੈਂਸ ਦੇ ਜਿਹੜੇ ਕੁਐਸਚਨ ਨੇ ਰੋਜ਼ ਉੱਠਦੇ ਨੇ, ਐਂਟੀ ਕਰਪਸ਼ਨ ਦੇ ਜਿਹੜੇ ਸਵਾਲ ਨੇ, ਤਹਿਸੀਲਦਾਰਾਂ ਦਾ ਕੀ ਬਣਿਆ, IAS ਦਾ ਕੀ ਬਣਿਆ, ਜਿਹੜੇ ਤੁਸੀਂ ਫੜੇ ਸੀ ਉਹਨਾਂ ਦਾ ਕੀ ਬਣਿਆ, ਗਵਰਨੈਂਸ ਦੇ ਮੁਤਾਬਕ ਵਾਰ ਵਾਰ ਤੁਸੀਂ ਕਹਿ ਦਿੰਦੇ ਹੋ ਤੁਹਾਨੂੰ ਸ਼ਾਇਦ ਗੁੰਮਰਾਹ ਕਰ ਰਹੇ ਨੇ ਜਾਂ ਨਹੀਂ, ਕਈ ਵਾਰ ਹਾਈਕੋਰਟ ਚਲੇ ਗਏ, ਹਾਈਕੋਰਟ ਤੋਂ ਫਟਕਾਰ ਲੱਗੀ, ਤੁਸੀਂ ਕੇਸ ਵਾਪਸ ਲੈ ਲਏ, ਬਿਊਰੋਕਰੇਸੀ ਅਤੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੇ ਦਰਮਿਆਨ ਤਾਲਮੇਲ ਬੈਠ ਨਹੀਂ ਰਿਹਾ। ਇਹ ਸਾਰੇ ਸਵਾਲਾਂ 'ਤੇ ਵੀ ਡਿਬੇਟ 2.5 ਸਾਲਾਂ 'ਚ ਅਜੇ ਪੈਂਡਿੰਗ ਪਈ ਹੋਈ ਹੈ ਅਤੇ ਡਿਬੇਟ ਹੋਣੀ ਚਾਹੀਦੀ ਹੈ। ਠੀਕ ਹੈ, ਚੰਗੇ ਕੰਮ ਵੀ ਲੋਕਾਂ ਨੂੰ ਦਿਖਾਈ ਦਿੰਦੇ ਨੇ, ਪਰ ਜਿਹੜੇ ਆਹ ਰੋੜੇ ਨੇ ਰਸਤੇ ਦੇ ਵਿੱਚ, ਮਾਈਨਿੰਗ ਤੁਹਾਡੇ ਸਾਹਮਣੇ ਰੋਜ਼ ਖਬਰਾਂ ਛਪ ਰਹੀਆਂ ਨੇ, ਡਰੱਗ ਦਾ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਵਾਅਦੇ ਹੋਰ ਵੀ ਸਾਰੇ ਸੀ, ਅਤੇ ਇਹਨਾਂ ਵਾਅਦਿਆਂ ਨਾਲ ਵੀ ਤੁਹਾਨੂੰ 2-4 ਹੋਣਾ ਪਏਗਾ, ਇਹਦੇ ਤੋਂ ਨਹੀਂ ਲੰਘ ਸਕਦਾ ਇਸ ਤਰੀਕੇ ਨਾਲ। ਹਾਂ, ਤੁਸੀਂ 50-52 ਹਜ਼ਾਰ ਕਹਿੰਦੇ ਹੋ, ਨੌਕਰੀਆਂ ਦਿੱਤੀਆਂ ਨੇ, ਦਿੱਤੀਆਂ ਹੋਣਗੀਆਂ, ਵੈਲਕਮ ਕਰਨਾ ਚਾਹੀਦਾ ਉਹਦਾ, ਪਰ ਆਲਮੋਸਟ ਜਿੰਨੇ ਮੁਲਾਜ਼ਮ ਨੇ ਪੰਜਾਬ ਦੇ, 15,000 ਮੁਲਾਜ਼ਮ ਲਗਭਗ ਹਰ ਮਹੀਨੇ ਐਵਰੇਜ ਰਿਟਾਇਰ ਹੁੰਦਾ ਉਹਨਾਂ ਚੋਂ, ਤੇ ਉਹ ਰਿਟਾਇਰਮੈਂਟ ਦੀਆਂ ਪੋਸਟਾਂ ਹੀ ਭਰਦੇ ਜਾਓ ਤਾਂ ਵੀ ਠੀਕ ਹੈ, 70-75 ਹਜ਼ਾਰ ਤਾਂ ਤੁਹਾਨੂੰ 5 ਸਾਲ 'ਚ ਭਰਨਾ ਹੀ ਚਾਹੀਦਾ, ਅਜੇ ਨਵੀਂ ਨੌਕਰੀ ਨਹੀਂ ਫਿਰ ਕੋਈ ਹੋਏਗੀ, ਉਹ ਤਾਂ ਪੁਰਾਣੇ ਹੀ ਭਰੇ ਜਾਣਗੇ, ਜਿੰਨੇ ਕੁ ਭਰੇ ਜਾਣਗੇ ਜਾਂ ਉਹ ਡਿਫੈਕਟ ਹੋ ਜਾਣਗੇ, ਫਿਰ ਡਿਪਾਰਟਮੈਂਟ ਜਿਸ ਲੈਵਲ 'ਤੇ ਹੁੰਦੇ ਨੇ। ਕਾਫੀ ਜ਼ਿਆਦਾ ਮਾਮਲੇ ਨੇ ਹਜੇ ਫਸੇ ਹੋਏ, ਇੱਥੇ ਡਿਬੇਟ ਖੁੱਲ੍ਹ ਕੇ ਹੋਣੀ ਚਾਹੀਦੀ, ਅਜੇ ਵੀ ਅੱਜ ਵੀ ਬਾਹਲੀਆਂ ਅਖਬਾਰਾਂ ਨਹੀਂ ਭਰੀਆਂ ਡਿਬੇਟ ਲਈ, ਅਤੇ ਥੋੜ੍ਹਾ ਬਹੁਤਾ ਹੀ ਆਇਆ ਜੀ। ਅੱਜ ਦਿਨ ਸ਼ੁਰੂ ਹੋਊਗਾ ਜੀ, ਅੱਜ ਕੁਝ ਪ੍ਰੈਸ ਕਾਨਫਰੰਸਸ ਵੀ ਹੋਣਗੀਆਂ ਸਰਕਾਰ ਵੱਲੋਂ, ਸਾਰੀਆਂ ਚੀਜ਼ਾਂ ਬੇਨਤੀਆਂ ਹੋਣਗੀਆਂ। ਚਲੋ, ਜੇ ਪੁਰਾਣੀਆਂ ਹੀ ਅਸਾਮੀਆਂ ਭਰ ਲੈਣ ਜਿਹੜੇ ਰਿਟਾਇਰ ਹੁੰਦੇ, ਉਹ ਵੀ ਚੰਗਾ ਹੈ, ਪਿਛਲੀਆਂ ਸਰਕਾਰਾਂ 'ਤੇ ਉਹ ਖਤਮ ਹੀ ਕਰੀ ਜਾਂਦੀਆਂ ਸੀ ਬੜੇ ਥਾਵਾਂ ਤੋਂ। ਮੈਂ ਇੱਕ ਸਵਾਲ ਇਹਦੇ 'ਚ ਜ਼ਰੂਰ ਸਮਝਦਾ ਹੈ ਜਿਹੜਾ ਦੋਸਤੋ, ਐਮ ਆ ਕਿ ਜੇ ਖੇਤੀ ਨੀਤੀ 2.5 ਸਾਲਾਂ 'ਚ ਅਜੇ ਤੱਕ ਸਾਹਮਣੇ ਨਹੀਂ ਆ ਸਕੀ, ਤਾਂ ਬਾਕੀ ਤਾਂ ਮਗਰ ਡੇਢ ਹੀ ਰਹਿੰਦਾ, ਕਿਉਂਕਿ 5-4 ਮਹੀਨੇ ਹੁਣ ਲੰਘ ਜਾਣੇ ਆ ਜ਼ਿਮਨੀ ਚੋਣਾਂ 'ਚ, ਅਤੇ 6 ਮਹੀਨੇ ਪਹਿਲਾਂ ਸਰਕਾਰ ਵੈਸੇ ਹੀ ਵਿੱਚ ਵਿਚਾਲੇ ਜਿਹੇ ਹੋ ਜਾਂਦੀ ਹੁੰਦੀ, ਕੌਣ ਸੁਣਦਾ ਕੌਣ ਮੰਨਦਾ, ਜਦੋਂ 1.5 ਸਾਲ ਹੈ ਸਰਕਾਰ ਕੋ ਬਚਿਆ, 1.5 ਸਾਲ ਦੇ ਵਿੱਚ ਅਜੇ ਡਰਾਫਟ ਹੀ ਨਹੀਂ ਆਇਆ, ਹਜੇ ਲੋਕਾਂ ਨੇ ਚਰਚਾ ਕਰਨੀ ਉਹ ਲਾਗੂ ਕਦੋਂ ਹੋਣੀ, ਇੰਨੇ ਸਰਕਾਰ ਬਦਲ ਜੂ, ਚਾਹੇ ਇਹਨਾਂ ਦੀ ਆਵੇ ਚਾਹੇ ਕਿਸੇ ਦੀ ਆਵੇ, ਕਿਸੇ ਦੀ ਆਵੇ, ਉਹ ਤਾਂ ਗਈ ਗੱਲ ਨਾ, ਖੇਤੀ ਨੀਤੀ ਤਾਂ ਗਈ ਪਾਣੀ 'ਚ। ਮੈਂ ਵੈਸੇ ਤਾਂ ਮੇਰਾ ਜੀ ਕਰਦਾ ਕਿ ਆਪਾਂ ਬਿੱਟੂ ਵਾਲਾ ਮਾਮਲਾ ਲੈ ਲਈਏ, ਉਹਨਾਂ ਆਪਣੇ ਪੁਰਾਣੇ ਬੌਸ ਨੂੰ ਵੱਡਾ ਅੱਤਵਾਦੀ ਨੰਬਰ 1 ਕਰਾਰ ਦਿੱਤਾ ਹੈ, ਉਧਰਲੇ ਬੰਨੇ ਕੇਜਰੀਵਾਲ ਸਾਹਿਬ ਨੇ ਆਪਣੀ ਮੁੱਖ ਮੰਤਰੀ ਜਾਂ ਆਪਣਾ ਮੁੱਖ ਮੰਤਰੀ ਚੁਣਨਾ ਹੈ, ਉੱਥੇ ਜਾਂਦੇ ਆ। ਇੱਕ ਮੈਂ ਮਰਦਮਸ਼ੁਮਾਰੀ ਦੀ ਅੱਜ ਖਬਰ ਦੇਖ ਰਿਹਾ ਸੀਗਾ, ਮਰਦਮਸ਼ੁਮਾਰੀ ਹੁਣ ਡਿਜੀਟਲ ਹੋਊਗੀ, ਤੁਹਾਨੂੰ ਆਪਣੇ ਆਪ ਆਪਣਾ ਡਾਟਾ ਅਪਲੋਡ ਕਰਨ ਦਾ ਅਖਤਿਆਰ ਦੇਣਗੇ, ਮੈਨੂੰ ਲੱਗ ਰਿਹਾ ਇਹ ਬੜੀ ਦੇਰ ਦੀ ਫਸੀ ਹੋਈ ਹੈ, 2011 ਤੋਂ ਬਾਅਦ ਸ਼ਾਇਦ ਪ੍ਰੋਪਰ ਨਹੀਂ ਆਪਣੇ ਹੋ ਸਕੀ। ਔਰ ਇਹਦੇ 'ਚ ਮੰਨਿਆ ਜਾ ਰਿਹਾ ਕਿ ਜਾਤ ਆਧਾਰਿਤ ਜਨਗਣਨਾ
ਇਹ ਨਹੀਂ ਹੋਊਗੀ। ਸਮੀਰ ਸਿੰਘ ਜੀ ਇੱਕ ਟਿੱਪਣੀ ਮੈਂ ਜ਼ਰੂਰ ਇੱਥੇ ਲੈਣਾ ਚਾਹੁੰਦਾ ਤੁਹਾਡੀ। ਬਿਲਕੁਲ, ਇਹ ਪਤਾ ਨਹੀਂ ਕਿਉਂ ਨਹੀਂ ਕਰਾਏਗੀ। ਇਹ ਠੀਕ ਹੈ ਕਿ ਇੱਕ ਬਹਾਨਾ ਤਾਂ 2020 ਦੇ ਆਪਣੇ ਕੋਵਿਡ ਦਾ ਸੀਗਾ, ਤੇ ਵੈਸੇ ਤਾਂ ਉਦੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਮਰਦਮਸ਼ੁਮਾਰੀ, ਜਿਹੜੀ 11 ਸਾਲ ਦੇ 10 ਸਾਲ ਦੇ ਪੀਰੀਅਡ ਦੇ ਦੌਰਾਨ ਹੁੰਦੇ। 2021 ਦੀ ਮਰਦਮਸ਼ੁਮਾਰੀ ਤਾਂ ਸਗੋਂ ਰਿਲੀਜ਼ ਹੋਣੀ ਸੀ 21 ਤੱਕ ਆ ਕੇ, ਜਾਂ 22 ਚ ਹੋ ਜਾਂਦੀ, 23 ਚ ਹੋ ਜਾਂਦੀ, ਹੁਣ ਤੱਕ ਡਾਟਾ ਕੁਲੈਕਸ਼ਨ ਇਹ ਚੀਜ਼ਾਂ ਹੋ ਜਾਣੀਆਂ ਚਾਹੀਦੀਆਂ ਸੀ। ਕੋਵਿਡ ਵੀ ਕਦੋਂ ਦਾ ਪਿੱਛੇ ਛੁੱਟ ਗਿਆ ਹੁਣ ਤਾਂ, ਤੇ ਹੁਣ 2024 ਆ ਗਿਆ, 3 ਸਾਲ ਤਾਂ ਲੰਘ ਗਏ ਨਾ ਜਿਹੜੇ ਉਦੋਂ ਬਾਅਦ ਵੀ 21, 22, 23, 24 ਦਾ 3 ਲਾ ਲਓ, ਚਲੋ ਜੇ 20 ਤੇ 21 ਉਹਦੇ 'ਚ ਛੱਡ ਦਿਓ ਕਿ ਤੁਹਾਡੇ ਨਹੀਂ ਹੈ। ਇਹ ਇੰਨੀ ਦੇਰ ਕਿਉਂ ਲੱਗੀ ਹੈ? ਪਹਿਲਾਂ ਤਾਂ ਇਹ ਕੁਐਸਚਨ ਹੈ ਕਿ ਗੌਰਮੈਂਟ ਦਾ ਮਨ ਨਹੀਂ ਬਣਿਆ ਕਿ ਡਾਟਾ, ਕਿਉਂਕਿ ਸੈਂਸਸ ਜਾਂ ਮਰਦਮਸ਼ੁਮਾਰੀ ਇਹੋ ਜਿਹੀ ਚੀਜ਼ ਹੈ ਜਿਹਦਾ ਡਾਟਾ ਸਭ ਤੋਂ ਜ਼ਿਆਦਾ ਭਰੋਸੇਮੰਦ ਮੰਨਿਆ ਜਾਂਦਾ, ਕਿਉਂਕਿ ਇੰਨਾ ਡਾਟਾ ਕੁਲੈਕਸ਼ਨ ਹੋਰ ਕਿਤੇ ਨਹੀਂ ਹੁੰਦਾ। ਇਹ ਘਰ ਘਰ ਜਾ ਕੇ ਸਾਰੀਆਂ ਚੀਜ਼ਾਂ ਦਾ ਹੁੰਦਾ, ਇਕੋਨਮੀ ਦਾ, ਕਲਚਰ ਦਾ, ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਕਿੰਨੀ ਕੰਜਪਸ਼ਨ ਹੈ, ਸਭ ਕੁਝ ਉਹਦੇ 'ਚ ਹੁੰਦਾ। ਚਲੋ ਹੁਣ ਦੇਰ ਆਏ ਦਰੁਸਤ ਆਏ, ਸ਼ਾਇਦ ਹੁਣ ਸ਼ੁਰੂ ਹੋਵੇ। ਕਿਤੇ ਪਹਿਲਾਂ ਤਾਂ ਐਂ ਲੱਗਦਾ ਸੀ ਕਿਤੇ ਖਤਮ ਹੀ ਨਾ ਕਰ ਦੇਣ, ਇਹਦੀ ਲੋੜ ਹੀ ਨਹੀਂ ਹੁੰਦੀ, ਛੱਡੋ ਪਰਾਂ। ਜਿਵੇਂ ਉਹ ਅੱਜ ਕੱਲ੍ਹ ਸੁਸਾਈਡ ਪਰਿਵਾਰਾਂ ਦਾ ਡਾਟਾ ਲੈਣਾ ਹੀ ਬੰਦ ਕਰਤਾ, ਕਹਿੰਦੇ ਛੱਡੋ ਇਹਦੀ ਲੋੜ ਹੀ ਨਹੀਂ, ਆਪਾਂ ਕਾਹਨੂੰ ਬੜੇ ਪਾੜੇ ਪੰਗੇ 'ਚ ਲੈਣਾ, ਜਿਵੇਂ ਚੱਲਦਾ ਚੱਲੀ ਜਾਊਗਾ। ਪਰ ਇਹ ਹੋਊਗੀ, ਚੰਗੀ ਗੱਲ ਹੈ, ਡਿਜੀਟਲ ਹੋਏਗੀ, ਹੋ ਸਕਦਾ ਉਹਦੇ ਨਾਲ ਹੈਲਪਫੁਲ ਹੋ ਜਾਏ ਥੋੜ੍ਹੀ ਜਿਹੀ। ਪਰ ਇਹ ਦੋਨੋਂ ਚੀਜ਼ਾਂ ਕਰਨੀਆਂ ਪੈਣਗੀਆਂ ਜਿਹੋ ਜਿਹਾ ਕੰਟਰੀ ਦਾ ਸਰੂਪ ਹੈ। ਬਹੁਤ ਸਾਰੇ ਲੋਕ ਡਿਜੀਟਲੀ ਅਜੇ ਵੀ ਜੁੜੇ ਨਹੀਂ ਹੋਏ, ਅਜੇ ਪਤਾ ਨਹੀਂ ਹੈ ਨਾ ਭਰਨ ਦਾ ਨਾ ਭਰਾਉਣ ਦਾ। ਹਾਂ, ਡਿਜੀਟਲੀ ਇਹ ਹੋ ਸਕਦਾ ਜਿਹੜੇ ਕੈਂਡੀਡੇਟ ਜਾਣਗੇ, ਆ ਜਿਹੜੇ ਮੁਲਾਜ਼ਮ ਜਾਣਗੇ ਭਰਾਉਣ ਲਈ, ਉਹਨਾਂ ਨੂੰ ਡਿਜੀਟਲੀ ਭਰਨਾ ਸੌਖਾ ਹੋ ਜਾਊਗਾ ਕੰਪੈਰੇਟਿਵਲੀ, ਕਿਉਂਕਿ ਉਹ ਵੀ ਤਾਂ ਜਾ ਕੇ ਹੀ ਭਰਨਗੇ, ਨੌਬ ਦੱਸਿਆ ਕਰਨਗੇ। ਕੁਝ ਲੋਕ ਆਪ ਭਰ ਸਕਣਗੇ ਤਾਂ ਆਪ ਵੀ ਭਰ ਦੇਣਗੇ, ਪਰ ਇਹ ਦੋਨੇ ਚੀਜ਼ਾਂ ਸਾਡੇ ਵਰਗੇ ਕੰਟਰੀ 'ਚ ਨਾਲ ਨਾਲ ਚਲਾਉਣੀਆਂ ਪੈਂਦੀਆਂ ਨੇ। ਅਤੇ ਉਹ ਭਰਾਉਣ ਲਈ, ਡਾਟਾ ਭਰਾਉਣ ਲਈ ਤੁਹਾਨੂੰ ਨਾਲ, ਜਿਵੇਂ ਪਹਿਲਾਂ ਜਦੋਂ ਵੋਟਰ ਆਈ ਕਾਰਡ ਬਣਾਏ ਨੇ ਜਾਂ ਬਾਕੀ ਤੁਸੀਂ BLO ਲਾਏ ਸੀ ਨਾ, ਲੋਕਲ ਲੈਵਲ 'ਤੇ ਹਰੇਕ ਪਿੰਡ ਦਾ ਇੱਕ ਬੂਥ ਲੈਵਲ ਅਫਸਰ ਇਕੱਲੇ ਇਕੱਲੇ ਘਰ ਜਾਂਦਾ ਸੀ, ਤੇਰੀ ਵੋਟ ਬਣੀ ਕਿ ਨਹੀਂ ਬਣੀ, ਬਣੇ ਉੱਥੇ ਤੱਕ ਡਿਜੀਟਲਾਈਜੇਸ਼ਨ ਤਾਂ ਚੱਲ ਜੂਗੀ। ਬੂਥ 'ਤੇ ਬਿਠਾਉਣਗੇ ਬੰਦਾ ਫਿਰ ਜਿਹੜਾ ਇਹ ਕੰਮ ਕਰੂਗਾ, ਜਿਹਨਾਂ ਨੂੰ ਨਹੀਂ ਆਉਂਦਾ ਉਹ ਵੀ ਕਰ ਦਊਗਾ। ਹੋ ਸਕਦਾ ਜਿਹੜੇ ਆਪ ਕਰ ਸਕਣਗੇ ਤੇ ਇਹ ਸਹਾਇਤਾ ਹੋ ਜੂਗੀ ਥੋੜ੍ਹੀ ਜਿਹੀ ਜ਼ਿਆਦਾ ਡਿਜੀਟਲਾਈਜੇਸ਼ਨ ਨਾਲ, ਜਲਦੀ ਤਾਂ ਹੋ ਸਕਦੀ ਹੈ ਕੰਪੈਰੇਟਿਵ ਦੀ ਟੈਕਨੀਕ ਦੀ ਵਰਤੋਂ ਨਾਲ, ਪਰ ਅੱਗੇ ਦੇਖਣਾ ਪਏਗਾ। ਉਹੋ ਜਿਹੇ ਟ੍ਰੇਨਡ ਬੰਦੇ ਸਾਰਾ ਕੁਝ ਲਿਆ ਕੇ ਇਹਨਾਂ ਨੂੰ, ਉਹਨਾਂ ਦੀ ਟ੍ਰੇਨਿੰਗ ਟ੍ਰੂਨਿੰਗ ਕਰਾਉਣੀ ਪਏਗੀ। ਇੰਨੇ ਕੁ ਲੋਕ ਹੈਗੇ ਵੀ ਨੇ ਦੇਸ਼ 'ਚ ਜੇ ਕਰਾ ਲੈਣਗੇ, ਥੋੜ੍ਹੀ ਜਲਦੀ ਵੀ ਹੋ ਜਾਏਗੀ ਇਹਦੇ ਨਾਲ, ਜੇਕਰ ਕਰਨਗੇ ਤਾਂ ਕੰਪੈਰੇਟਿਵਲੀ ਲੇਟ ਵੀ ਕੱਢੀ ਜਾ ਸਕਦੀ ਹੈ। ਚੰਗੀ ਗੱਲ ਹੈ ਕਰਾਉਣ, ਅਤੇ ਜਾਤੀਗਤ ਨਹੀਂ ਕਰਾਉਣਗੇ, ਇਹ ਪੰਗਾ ਫਸਿਆ ਹੋਇਆ, ਕਿਉਂਕਿ ਵਿਚਾਰਕ ਪੰਗਾ, ਇਹ ਤਾਂ ਹਜੇ ਪਾਰਟੀਆਂ ਦੇ ਅਤੇ ਤਾਂ ਵੋਟ ਦੇ ਲਈ ਜਾਂ ਇੱਕ ਨਜ਼ਰੀਏ ਨੇ, ਸੋਸ਼ਲ ਜਸਟਿਸ ਦਾ ਆਪਣੇ ਤਰੀਕੇ ਦਾ, ਅਤੇ ਦੂਜਾ ਇਹ ਅਜੇ ਪੋਲੀਟੀਕਲ ਫੈਸਲਾ ਹੈ, ਸ਼ਾਇਦ ਕਿਹਾ ਇਹੀ ਜਾ ਰਿਹਾ ਕਿ ਇਹ ਨਹੀਂ ਨਾਲ ਹਜੇ ਹੋਏਗਾ। ਜੇ ਹੋਊਗਾ ਕਦੇ ਉਹ ਅਲੱਗ ਕਰਾ ਲੈਣਗੇ ਜੇਕਰ ਕਦੇ ਫੈਸਲਾ ਹੋਇਆ। ਹਾਂ, ਇਹਦੇ 'ਚ 31 ਸਵਾਲ ਤਿਆਰ ਕੀਤੇ ਗਏ ਨੇ, ਸਾਰੀ ਡਿਟੇਲ ਆ ਵੀ ਕੋਈ ਬੰਦਾ ਜਿਹੜਾ ਉਹ ਕਿਸ ਤਰੀਕੇ ਨਾਲ ਜੀ ਰਿਹਾ। ਇਹ ਠੀਕ ਹੈ ਕਿ ਇਹ ਡਾਟਾ ਹੈਲਪਫੁਲ ਹੁੰਦਾ ਪਾਲਿਸੀਜ਼ ਬਣਾਉਣ 'ਚ ਤੇ ਲਾਗੂ ਕਰਨ 'ਚ। ਤੇ ਆਪਾਂ ਅੱਗੇ ਵੱਧਦੇ ਹਾਂ, 2-3 ਸਵਾਲ ਇਕੱਠੇ ਹੀ ਖੜੇ ਹੋ ਜਾਂਦੇ। ਇੱਕ ਤਾਂ ਆਪਾਂ ਸਭ ਤੋਂ ਪਹਿਲਾਂ ਜੇਕਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੈਂਦੇ ਰਫੜਾਂ ਦੀ ਗੱਲ ਕਰੀਏ, ਇੱਕ ਛੋਟੀ ਜਿਹੀ ਆਪਾਂ ਟੇਕ ਲਾਂਗੇ ਕਿ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਆਤੰਕਵਾਦੀ ਆ, ਤੇ ਉਹਦੇ ਉੱਤੇ ਬਾਜਵਾ ਸਾਹਿਬ ਨੂੰ ਆਇਆ ਗੁੱਸਾ। ਤੇ ਕਾਂਗਰਸ ਦੀ ਵੈਸੇ ਮੇਨ ਧਾਰਾ ਨੇ ਇਹ ਕਿਹਾ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨੀਆ ਵਾ, ਸਿਰਫ ਜ਼ਬਾਨ ਹੀ ਬਿੱਟੂ ਦੀ ਆ, ਤੇ ਇਹ ਵਾਹਵਾ ਰੌਲਾ ਪੈ ਰਿਹਾ। ਵੈਸੇ ਬਿੱਟੂ ਨੂੰ ਲੈ ਕੇ ਪੰਜਾਬ ਦੇ ਕਾਂਗਰਸੀਆਂ ਦੇ ਵਿੱਚ ਬੜੀ ਆਵਾਜ਼ ਆ ਰਹੀ ਆ। ਹੁਣ ਜਾਖੜ ਸਾਹਿਬ ਵੀ ਅੰਦਰੇ ਅੰਦਰ ਸੋਚਦੇ ਨੇ ਯਾਰ ਅਸੀਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਸੀ। ਕੈਪਟਨ ਅਮਰਿੰਦਰ ਸਿੰਘ ਸੋਚਦੇ ਆ ਯਾਰ ਇਹ ਬਿੱਟੂ ਕੌਣ ਸੀ, ਮੈਂ ਤਾਂ 5 ਸਾਲ ਆਪਣੇ ਨੇੜੇ ਨਹੀਂ ਆਉਣ ਦਿੱਤਾ, 4.5 ਸਾਲ ਕਦੀ ਕਦਾਈ ਕਿਤੇ ਚਾਹ ਚੂ ਪਿਆ ਲਈ ਦੀ ਸੀਗੀ, ਉਹ ਵੀ 100 ਵਾਰੀ ਮੰਗੇ ਟਾਈਮ ਫੇਰ
ਤੇ ਇਹ ਸਾਡੇ ਉੱਤੇ ਬਿਠਾ ਦਿੱਤਾ ਤੇ ਅਸੀਂ ਤਾਂ ਆਏ ਸੀ ਸਭ ਕੁਛ ਛੱਡ ਛਡਾ ਕੇ, ਅਸੀਂ ਵਫ਼ਾਦਾਰੀ ਵੀ ਪੂਰੀ ਕੀਤੀ। ਸੋ ਇਹ ਪੋਲਿਟਿਕਸ ਤਾਂ ਸਾਹਮੀਰ ਸਿੰਘ ਜੀ ਚੱਲ ਹੀ ਰਹੀ ਹੈ ਪੰਜਾਬ 'ਚ। ਇੱਕ ਛੋਟੀ ਜਿਹੀ ਟਿੱਪਣੀ, ਮੈਂ ਤਾਂ ਪੰਜਾਬ ਦੀ ਇਹ ਤ੍ਰਾਸਦੀ ਹੈ, ਜਿਹੜੇ ਲੀਡਰਾਂ ਨੂੰ ਮੌਕਾ ਵੀ ਮਿਲਦਾ ਉਹ ਵੀ ਕੋਈ ਮੈਚਿਓਰ ਦਿੱਖ ਦੇਸ ਲੈਵਲ ਤੇ ਦੇਣ 'ਚ ਅਸਫਲ ਰਹਿੰਦੇ ਨੇ। ਬਈ ਤੁਸੀਂ ਮੈਚਿਓਰ ਲੀਡਰ ਦੇ ਤੌਰ ਤੇ ਅਮਰਜ ਹੋ ਰਹੇ ਹੋ ਜਾਂ ਬਚਕਾਨਾ ਗੱਲਾਂ ਕਰਦੇ ਹੋ, ਦੋਨਾਂ 'ਚੋਂ ਇਹ ਬੜਾ ਫਰਕ ਹੁੰਦਾ। ਔਰ ਬਿੱਟੂ ਨੂੰ ਮੈਂ ਇਹ ਕਹਿੰਦੇ ਸੁਣਿਆ ਕਿ ਮੈਨੂੰ ਤਾਂ ਪੱਗ ਬੰਨਣ ਲਈ ਰਾਹੁਲ ਗਾਂਧੀ ਨੇ ਕਿਹਾ ਸੀਗਾ, ਪੱਗ ਬੰਨ ਕੇ ਰੱਖਿਆ ਕਰ ਜਦੋਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ, ਵੀ ਜੇ ਪੰਜਾਬ 'ਚ ਪੋਲੀਟਿਕਸ ਕਰਨੀ ਹੈ ਪੱਗ ਬੰਨ ਕੇ। ਹੁਣ ਕੱਲ੍ਹ ਨੂੰ ਕਿਤੇ ਬਿੱਟੂ ਇਹ ਨਾ ਕਹਿ ਦੇਣ ਵੀ ਰਾਹੁਲ ਗਾਂਧੀ ਤਾਂ ਖਾਲਿਸਤਾਨੀ ਹੈ ਅੰਦਰੋਂ, ਦੇਖੋ ਮੈਨੂੰ ਵੀ ਪੱਗ ਬੰਨਣ ਲਈ ਕਿਹਾ ਤੇ ਸਾਰਿਆਂ ਨੂੰ ਪੱਗ ਬੰਨਣ ਲਈ ਕਿਹਾ। ਜੇ ਇਹਦੇ ਨਾਲ ਹੀ ਜੇ ਸ਼ਬਦਾਵਲੀ ਇਸ ਪੱਧਰ ਤੱਕ ਚਲੀ ਜਾਂਦੀ ਹੈ, ਤੁਸੀਂ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਬਾਕੀ ਜੋ ਮਰਜ਼ੀ ਕਹੋ, ਜਿੰਨਾ ਮਰਜ਼ੀ ਸਖ਼ਤ ਬੋਲੋ ਕਿਸੇ ਵੀ ਬੰਦੇ ਦੇ ਖਿਲਾਫ਼, ਬਾਕੀ ਚੀਜ਼ਾਂ ਨੇ ਤੇ ਤੁਸੀਂ ਰਹਿ ਗਏ ਹੋ ਇਕੱਲੇ ਬਹੁਤ ਦੇਸ਼ ਪ੍ਰੇਮੀ ਬੰਦੇ, ਤੇ ਸਾਰੀ ਦੁਨੀਆ ਤਾਂ ਫਿਰ ਮਤਲਬ ਜਿਹੜਾ ਵੀ ਬੰਦਾ ਤੁਹਾਡੇ ਮੁਤਾਬਕ ਨਹੀਂ ਉਹ ਅੱਤਵਾਦੀ ਹੋ ਗਿਆ। ਪੰਜਾਬ ਨੇ ਤਾਂ ਇਹ ਬਲੇਮ ਨੂੰ ਬਹੁਤ ਝੱਲਿਆ, ਬਿੱਟੂ ਨੂੰ ਜੇ ਪੰਜਾਬ 'ਚ ਰਹਿੰਦੇ ਹੋਏ ਵੀ ਇਸ ਬਲੇਮ ਦੀ ਅਰਥ ਨਹੀਂ ਪਤਾ ਤਾਂ ਇਹ ਕਾਫ਼ੀ ਦੇਖਣ ਵਾਲੀ ਗੱਲ ਹੈ। ਹਾਲਾਂਕਿ ਪ੍ਰਤਾਪ ਬਾਜਵਾ ਨੇ ਵੀ ਬਾਕੀ ਨੇ ਕਿਹਾ ਕਿ ਉਹ ਵੀ ਉਦੋਂ ਜ਼ਿਆਦਾ ਹੀ ਚਲੇ ਜਾਂਦੇ ਨੇ ਫਿਰ ਅੱਗੇ, ਉਹ ਵੀ ਉਸ ਲੈਵਲ 'ਤੇ ਨਹੀਂ ਕਹਿੰਦੇ ਵੀ ਆਪਣੇ ਦਿਮਾਗ ਦਾ ਇਲਾਜ ਕਰਾਓ ਪੁਰਾਣਾ ਤਰੀਕਾ। ਐਕਚੁਅਲੀ ਗੱਲਾਂ ਇਹ ਮੇਰੇ ਖਿਆਲ ਦੋਨੋਂ ਸਾਈਡਾਂ ਤੋਂ ਹੀ ਫਿਰ ਸ਼ਬਦਾਵਲੀ ਉਸ ਹੱਦ ਤੱਕ ਚਲੀ ਜਾਂਦੀ ਹੈ ਜਿਹੜੀ ਸਭਿਅਕ ਨਹੀਂ ਕਹੀ ਜਾ ਸਕਦੀ, ਜਿਹੜੀ ਇੱਕ ਸਿਵਲਾਈਜ਼ਡ ਸੁਸਾਇਟੀ, ਪੜ੍ਹੇ ਲਿਖੇ ਲੀਡਰ ਔਰ ਇਸ ਕੱਦ ਦੇ ਬੰਦੇ ਜਿਨ੍ਹਾਂ ਨੂੰ ਰੋਲ ਮਾਡਲ ਸੁਸਾਇਟੀ ਘੱਟੋ ਘੱਟ ਮੰਨਦੀ ਹੋ ਹੈ ਨਾ, ਜਿੰਨੇ ਕੁ ਵੋਟਾਂ ਪਾਉਂਦੇ ਨੇ ਉਹ ਕਹਿੰਦੇ ਨੇ ਭਾਈ ਮੇਰਾ ਲੀਡਰ ਹੈ, ਮੇਰਾ ਲੀਡਰ, ਤਾਂ ਲੀਡਰ ਬਣਨ ਦੇ ਲੈਵਲ ਹੈ ਵੀ ਹੈ ਜਾਂ ਨਹੀਂ ਹੈ, ਇੱਕ ਤਾਂ ਇਹ ਪਹਿਲੂ ਹੈ ਇਹਦੇ 'ਚੋਂ। ਕੋਈ ਵੀ ਲੀਡਰ ਜੇ ਨਿਚਲੇ ਪੱਧਰ ਦੀ ਗੱਲ ਕਰਦਾ ਤੇ ਉਹ ਸਵਾਗਤ ਯੋਗ ਨਹੀਂ ਮੰਨੀ ਜਾਣੀ ਚਾਹੀਦੀ, ਉਹਨੂੰ ਆਪਣੀ ਪਾਰਟੀ ਨੂੰ ਵੀ ਰੋਕਣਾ ਚਾਹੀਦਾ, ਪਾਰਟੀ ਦੇ ਵੋਟਰਾਂ ਨੂੰ ਵੀ, ਉਹਦੇ ਸਪੋਰਟਰਾਂ ਨੂੰ ਵੀ, ਤੇ ਬਾਹਰ ਲਿਆ, ਤਾਂ ਕਿ ਪੰਜਾਬ ਦੇ ਲੋਕਾਂ ਦਾ ਇੱਕ ਕੱਦ ਘੱਟੋ ਘੱਟ ਇੰਨਾ ਕੁ ਹੋਵੇ ਕਿ ਇਹਨਾਂ ਨੂੰ ਬੋਲਣ ਦਾ ਸਲੀਕਾ ਹੈ। ਤੁਹਾਡੇ ਕੋਲ ਸ਼ਬਦ ਗੁਰੂ ਹੈ, ਤੁਹਾਡੇ ਕੋਲ ਬਹੁਤ ਸਾਰੇ ਚੀਜ਼ਾਂ ਨੇ, ਪੜ੍ਹ ਲਿਖ ਕੇ ਹੋਰ ਸ਼ਬਦਾਵਲੀ ਕੱਢ ਲਓ, ਉਦੋਂ ਸਖ਼ਤ ਅਟੈਕ ਕੀਤੇ ਜਾ ਸਕਦੇ ਨੇ ਤੇ ਇਹਨਾਂ ਤੋਂ, ਇਹਨਾਂ ਇਕੱਲੀ ਗੱਲ ਕਹਿ ਤੋਂ ਬਿਨਾਂ ਵੀ ਜਿਹੜੀ ਗੱਲ ਨੂੰ ਮੰਨਣਗੇ। ਹੁਣ ਮਹੁਆ ਮਿੱਤਰਾ ਇਹਨਾਂ ਗੱਲਾਂ ਨਾਲ ਨਹੀਂ ਬੋਲਦੀ, ਪਾਰਲੀਮੈਂਟ 'ਚ ਬੋਲਦੀ ਹੈ ਤੁਹਾਡੇ ਸਾਹਮਣੇ, ਔਰ ਜਦੋਂ ਲੌਜਿਕ ਨਾਲ ਬੋਲਦੀ ਹੈ ਉਹ ਦਿਲ 'ਚ ਲੱਗਦੀ ਹੈ, ਜਿੱਥੇ ਉਹ ਮਾਰਨਾ ਚਾਹੁੰਦੀ ਹੈ ਸੱਟ ਉੱਥੇ ਵੱਜਦੀ। ਤੁਸੀਂ ਰਾਹੁਲ ਗਾਂਧੀ ਦੇ ਮਾਰਨੀ ਹੈ ਸੱਟ, ਉਹ ਜਿਹਾ ਪੜ੍ਹ ਲਿਖ ਕੇ ਆਓ ਨਾ, ਮਾਰੋ ਸੱਟ, ਉੱਥੇ ਬੋਲ ਕੇ ਵੀ ਮਾਰੋ ਤੇ ਬਾਹਰ ਬਿਆਨ ਦੇ ਕੇ ਵੀ ਮਾਰੋ, ਤੇ ਲੋਕ ਵੀ ਆਸਸ ਕਰਨ ਵੀ ਕਮਾਲ ਕਰਤੀ ਸਾਡੇ ਪੰਜਾਬ ਦੇ ਕਿਸੇ ਬੰਦੇ ਨੇ ਵੀ ਆਹ ਗੱਲ ਬੋਲੀ ਹੈ। ਇਸ ਪਾਸੇ ਵੱਲ ਜ਼ਰੂਰ ਸੋਚਣ ਦਾ ਸਵਾਲ ਹੈ, ਜਿਹੜਾ ਅੰਦਰੂਨੀ ਸਵਾਲ ਹੈ ਕਿ ਜੀ ਅਮਰਿੰਦਰ ਸਿੰਘ ਹੈ, ਜਾਖੜ ਵੋਹਣੀ ਨੇ, ਬਾਕੀ ਨੇ, ਇਹ ਤਾਂ ਜਦੋਂ ਕੋਈ ਵੀ ਬੰਦਾ ਪਾਰਟੀਆਂ ਦੇ ਵਿੱਚ ਹੁੰਦਾ, ਕੋਈ ਅਮਰਜ ਕਰਦਾ, ਦੂਜਿਆਂ ਨੂੰ ਥੋੜ੍ਹੀ ਬਹੁਤ ਤਕਲੀਫ ਹੋ ਹੀ ਜਾਂਦੀ ਹੈ। ਜਾਖੜ ਉਹਨਾਂ ਦੇ ਪ੍ਰਧਾਨ ਬਣਨ ਤੇ ਬੀਜੇਪੀ ਦੇ ਬਹੁਤ ਅੰਦਰਲਿਆਂ ਨੂੰ, ਪੰਜਾਬ ਵਾਲਿਆਂ ਨੂੰ ਤਕਲੀਫ ਅੱਜ ਤੱਕ ਹੈ ਹੀ ਹੈ ਲਗਾਤਾਰ, ਉਹ ਵੀ ਨਹੀਂ ਚੱਲੀ। ਔਰ ਅਮਰਿੰਦਰ ਸਿੰਘ ਉਹਨਾਂ ਵੱਲੋਂ ਟਿਕਟ ਦਵਾਈ ਤਾਂ ਵੀ ਜਾਖੜ ਸਾਹਿਬ ਉਹਨਾਂ ਨੂੰ ਇੱਕ ਵਾਰ ਹੋਇਆ ਸੀ, ਉੱਥੇ ਤਾਂ ਅਜੇ ਉਹਨਾਂ ਦੀ ਚੱਲਦੀ ਹੈ ਫਲਾਨੀ ਟਿਕਟ ਦੇ ਮਾਮਲੇ ਦੇ ਵਿੱਚ। ਤੇ ਦੂਜੀ ਗੱਲ ਇਹ ਵੀ ਹੈ ਕਿ ਵੱਡੀਆਂ ਪਾਰਟੀਆਂ ਨੋਰਮਲੀ ਕਿਸੇ ਨੂੰ ਪਰਮਾਨੈਂਟ ਲੋਇਲ ਬਣ ਕੇ ਐਂ ਨਹੀਂ ਫਾਇਦੇ ਦਿੰਦੀਆਂ, ਜਿਹੜਾ ਜਿਹੜਾ ਮੌਕੇ ਮੁਤਾਬਕ ਉਹਨਾਂ ਨੂੰ ਲੱਗਦਾ ਉਹ ਟੂਲ ਦੇ ਤੌਰ ਤੇ ਵਰਤਦੀਆਂ ਨੇ, ਤੇ ਵਰਤ ਕੇ ਕਹਿੰਦੇ ਨੇ ਠੀਕ ਹੈ ਆਪਾਂ ਆਪਣੀ ਪੋਲਿਟਿਕਸ ਅੱਗੇ ਵਧਾਉਣੀ। ਤੇ ਰਵਨੀਤ ਬਿੱਟੂ ਬਹੁਤ ਬੈਟਰ ਚੋਇਸ ਹੈ ਜਾਖੜ ਔਰ ਅਮਰਿੰਦਰ ਸਿੰਘ ਨਾਲੋਂ ਜਾਂ ਨਹੀਂ, ਇਹ ਤਾਂ ਲੋਕਾਂ ਨੂੰ ਦੇਖਣਾ ਤੇ ਦੇਸ਼ ਦੇ ਲੋਕ ਵੀ ਦੇਖ ਲੈਣਗੇ, ਔਰ ਜਿਹਨਾਂ ਦਾ ਕੱਦ ਮੈਜੋਰਟੀ ਲੈਵਲ ਤੇ ਕੀ ਹੋਏਗਾ ਅਗਲੀ ਪ੍ਰੈਕਟਿਸ ਦੱਸੂਗੀ ਕਿ ਕੀ ਬਿੱਟੂ ਉਸ ਦੇ ਲੈਵਲ ਤੇ ਆਪਣੇ ਆਪ ਨੂੰ ਲਿਜਾ ਪਾਉਂਦੇ ਨੇ ਜਾਂ ਨਹੀਂ, ਨੈਸ਼ਨਲ ਲੀਡਰ ਦੇ ਤੌਰ ਤੇ, ਸਟੇਟ ਨੂੰ ਰਿਪ੍ਰਜੈਂਟ ਕਰਨ ਦੇ ਤੌਰ ਤੇ। ਪਰ ਬਹੁਤ ਜ਼ਿਆਦਾ ਅਜੇ ਦੂਰੀ ਬਣੀ ਹੋਈ ਹੈ ਇਹਨਾਂ ਦੋਨੇ ਚੀਜ਼ਾਂ ਦੇ ਵਿੱਚ, ਇਹ ਦੇਖਣਾ ਪਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹਾਂ, ਅਮਰਿੰਦਰ ਸਿੰਘ ਹੋਣੀ ਬਜ਼ੁਰਗ ਵੀ ਹੋ ਗਏ, ਪ੍ਰਨੀਤ ਕੌਰ ਉਹਨਾਂ ਦੀ ਵੀ ਲਾਸਟ ਇਲੈਕਸ਼ਨ ਹੀ ਲੱਗਦੀ ਸੀ, ਪਹਿਲਾਂ ਤਾਂ ਇਹ ਕਹਿੰਦੇ ਸੀ 70 ਤੋਂ ਉੱਪਰ ਕਿਸੇ ਨੂੰ ਦੇਣੀ ਹੋਣੀ ਅਸੀਂ, ਪਰ ਫਿਰ ਵੀ ਦਿੱਤੀ ਬੀਜੇਪੀ ਨੇ ਵੀ ਆਪਣਾ ਅਸੂਲ ਉਹ ਲਗਾਤਾਰ ਤੋੜਦੀ ਆ ਰਹੀ ਹੈ ਦੇਖਿਆ।
ਤੇ ਜਾਖੜ ਉਹਨਾਂ ਦਾ ਮਨ ਵੀ ਬੀਜੇਪੀ ਚ ਬੜੀ ਦੇਰ ਤੋਂ ਨਹੀਂ ਲੱਗ ਰਿਹਾ, ਕੋਈ ਉਸ ਲੈਵਲ ਤੇ ਨਹੀਂ ਹੈ, ਵੋਟ ਸੀਟ ਨਾਲ ਲੜਨ ਦੀ ਉਹ ਪਹਿਲਾਂ ਹੀ ਕਹਿ ਚੁੱਕੇ ਨੇ, ਪਰ ਅੰਦਰ ਉਹਨਾਂ ਨੂੰ ਨਾ ਸਹਿਜ ਨਹੀਂ ਲੱਗ ਰਿਹਾ, ਮੇਰਾ ਖਿਆਲ ਹੈ ਘੁੱਟਣ ਜੀ ਲੱਗ ਰਹੀ ਹੈ ਜਦੋਂ ਸਾਰੇ ਚਾਰ ਚੁਫੇਰੇ ਵੀ ਬੈਠੇ ਹੁੰਦੇ ਨੇ ਗੱਲ ਕਰਦੇ ਨੇ। ਤਾਂ ਹੁਣ ਇਸ ਪੜਾਅ ਦੇ ਉੱਤੇ ਜਾ ਕੇ ਜੇ ਘੁੱਟਣ ਮਹਿਸੂਸ ਹੀ ਕਰਨੀ ਆ, ਬਾਕੀ ਚੀਜ਼ਾਂ 'ਚ ਕਰਨੀਆਂ, ਤਾਂ ਕਿੰਨਾ ਕੁ ਚਿਰ ਚੱਲਦਾ ਬੰਦਾ? ਕਦੇ ਨਾ ਕਦੇ ਟੈਨਸ਼ਨ 'ਚ ਹੋਵੇ ਕਹਿੰਦਾ ਛੱਡ ਪਰਾਂ ਯਾਰ, ਰਿਲੀਫ 'ਚ ਜ਼ਿੰਦਗੀ ਜਿਉਂਦੇ ਹਾਂ ਆਪਾਂ, ਕਿਹੜਾ ਕਿਤੇ ਜਾਣਾ ਤੇ ਸਾਰਾ ਹੈਗਾ, ਰੋਚੀ ਰੋਟੀ ਹੈਗੀ, ਸਭ ਕੁਝ ਹੈਗਾ, ਮਾਨ ਸਨਮਾਨ ਵਾਲੀ ਸਾਈਡ ਤੇ ਹੋ ਜਾਂਦੇ ਆ। ਹੋ ਸਕਦਾ ਦੋਨੋਂ ਬੰਦੇ ਕਿਤੇ ਆਏ ਨਾ ਫੈਸਲਾ ਕਰ ਲੈਣ ਹੌਲੀ ਹੌਲੀ ਜਾ ਕੇ। ਇਹਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਹੋਰ ਪੋਲਿਟਿਕਸ ਵਿੱਚ, ਕੇਜਰੀਵਾਲ ਕੀ ਫਾਈਨਲ ਟੇਕ ਆਤਸ਼ੀ ਹੋਏਗੀ ਉਹਨਾਂ ਲਈ, ਤੁਹਾਨੂੰ ਲੱਗਦਾ ਹੈ, ਜਾਂ ਗੋਪਾਲ ਰਾਏ ਲਈ ਵੀ ਕੋਈ ਸਪੇਸ ਬਣ ਰਹੀ ਹੈ? ਕਿਉਂਕਿ ਪੋਲੀਟੀਕਲੀ ਇੰਨੇ ਮੈਚੁਰ ਤਾਂ ਹੈ ਨਹੀਂ ਕੇਜਰੀਵਾਲ ਕਿ ਉਹ ਆਪਣੀ ਘਰਵਾਲੀ ਸੁਣੀ ਤਾਂ ਕੇਜਰੀਵਾਲ ਨੂੰ ਅੱਗੇ ਲਾ ਲੈਣ, ਫਿਰ ਤਾਂ ਮੁੱਖ ਮੰਤਰੀ ਉਹ ਹੋਏ ਜਾਂ ਘਰਵਾਲੀ ਹੋਈ ਫਰਕ ਨਹੀਂ, ਹਮਦਰਦੀ ਵਰਗੀ ਕੋਈ ਗੱਲ ਨਹੀਂ ਹੋਣੀ, ਸਗੋਂ ਇੱਕ ਲੈਵਰ ਮੂਵ ਮੰਨੀ ਜਾਣੀ ਹੈ। ਆਤਸ਼ੀ ਨੂੰ ਆਪਾਂ ਮੰਨ ਕੇ ਚੱਲੀਏ ਜੀ, ਜਿਸ ਤਰ੍ਹਾਂ ਨਾਲ ਉਹਨੂੰ ਝੰਡਾ ਚਲਾਉਣ ਲਈ ਵੀ ਉੱਥੋਂ ਚਿੱਠੀ ਲਿਖੀ ਸੀ ਵੀ ਇਹਨੂੰ ਮੇਰੀ ਜਗ੍ਹਾ ਕਰਨ ਦਿਓ, ਕੀ ਕਹਿੰਦੇ ਹੋ? ਬਿਲਕੁਲ, ਇੱਕ ਗੱਲ ਲੱਗਦੀ ਸੀਗੀ ਕਿ ਜਦੋਂ ਮਨੀਸ਼ ਸਿਸੋਦੀਆ ਵੀ ਅੰਦਰ ਗਏ ਨੇ, ਲਗਭਗ ਮਨੀਸ਼ ਸਿਸੋਦੀਆ ਵਾਲਾ ਰੋਲ ਆਤਸ਼ੀ ਨੂੰ ਦਿੱਤਾ ਗਿਆ ਸੀਗਾ, ਸੈਕੰਡ ਇਨ ਕਮਾਂਡ ਜਿਹੜੀ ਹੁੰਦੀ ਹੈ। ਔਰ ਜਦੋਂ ਕੇਜਰੀਵਾਲ ਨੂੰ ਫੜਿਆ ਜਾਂ ਬਾਕੀ ਚੀਜ਼ਾਂ ਹੋਈਆਂ ਨੇ, ਜਦੋਂ ਸਵਾਤੀ ਮਾਲੀਵਾਲ ਦਾ ਵੀ ਮਾਮਲਾ ਆਇਆ, ਇਹ ਸਾਰੇ ਮਾਮਲਿਆਂ ਦੇ ਵਿੱਚ ਆਤਸ਼ੀ ਦਾ ਰੋਲ ਜਿਹੜਾ ਉਹ ਉਧਰੋਂ ਰਿਹਾ, ਤੇ ਹੋ ਸਕਦਾ ਆਤਸ਼ੀ ਦਾ ਲਗਾਤਾਰ ਕੇਜਰੀਵਾਲ ਦੀ ਗ੍ਰਿਫਤਾਰੀ ਸਮੇਂ ਉਹਨੇ ਇੱਥੇ ਇੱਕ ਲੰਮਾ ਦਿੱਲੀ ਦੇ ਲੋਕਾਂ ਦੇ ਵਾਸਤੇ ਵਰਤ ਵੀ ਰੱਖਿਆ ਕਿ ਆਹ ਨਹੀਂ ਕਰ ਰਹੇ, ਪਾਣੀ ਦਾ ਸਵਾਲ ਹੈ, ਬਾਕੀ ਸਵਾਲ ਹੈ। ਫਿਰ ਇਹ ਵੀ ਹੈ ਕਿ ਵੂਮੈਨ ਦਾ ਆਪਣਾ ਰੋਲ ਵੀ ਹੁੰਦਾ ਹੈ, ਸੁਨੀਤਾ ਕੇਜਰੀਵਾਲ ਨਾਲ ਜਿਵੇਂ ਉਹਨੇ ਬਾਅਦ ਦੇ ਵਿੱਚ ਵਰਤਿਆ ਜਾਂ ਬਾਕੀ ਚੀਜ਼ਾਂ ਕੀਤੀਆਂ, ਇਹਦਾ ਵੀ ਇਹ ਇੱਕ ਕਾਰਨ ਹੋ ਸਕਦਾ, ਇੱਕ ਫੈਕਟਰ ਹੋ ਸਕਦਾ ਜਿਹੜਾ ਉਹ ਸਾਰੇ ਮਾਮਲੇ ਦੇ ਵਿੱਚ ਹੈ। ਤੇ ਇਸ ਲਈ ਜਿੰਨੀ ਕੁ ਅਜੇ ਤੱਕ ਆ ਰਹੀ ਹੈ, ਅਜੇ ਕੋਈ ਬਹੁਤ ਪਰਮਾਨੈਂਟ ਸੂਚਨਾ ਤਾਂ ਨਹੀਂ ਹੈ, ਪਰ ਸੰਕੇਤ ਹੀ ਨੇ ਜਿੰਨੇ ਕੁ ਓਵਰਆਲ ਆ ਰਹੇ ਨੇ ਵੀ ਆਤਸ਼ੀ ਸ਼ਾਇਦ ਨੰਬਰ 1 ਗੱਲ ਹੋਵੇ ਉਹਨਾਂ ਦੇ ਲਈ। ਤੇ ਗੋਪਾਲ ਰਾਏ ਥੋੜ੍ਹਾ ਜਿਹਾ ਹੋਰ ਪੋਲੀਟੀਕਲ ਬੈਕਗਰਾਉਂਡ 'ਚੋਂ ਆਉਂਦੇ ਨੇ, ਮੈਨੂੰ ਲੱਗਦਾ ਕੇਜਰੀਵਾਲ ਸਖ਼ਤ ਪੋਲੀਟੀਕਲ ਬੈਕਗਰਾਉਂਡ ਵਾਲਾ ਆਦਮੀ ਨਹੀਂ ਚੂਜ ਕਰਨਗੇ ਉਹ ਸਾਰੇ ਮਾਮਲੇ 'ਤੇ, ਇਹ ਕਿ ਕੋਈ ਉਹੋ ਜਿਹਾ ਬੰਦਾ ਹੋਵੇ ਜਿਹੜਾ ਥੋੜ੍ਹਾ ਜਿਹਾ ਅੱਗੇ ਨੂੰ ਮਤਲਬ ਕੁਛ ਹੋਰ ਸੋਚਣ ਲੱਗ ਜਾਏ ਕਿ ਆਪਾਂ ਹੈਗੇ ਹੀ ਆ ਹੁਣ ਬੜੇ ਵੇ ਤੇ ਇਸ ਲੈਵਲ ਦੀ ਗੱਲ ਹੈ। ਇੱਕ ਹੋਰ ਸਵਾਲ ਸੋਚਣ ਵਾਲਾ ਇਹਦੇ ਵਿੱਚ ਜੀ, ਜਿਹੜੇ ਕੇਜਰੀਵਾਲ ਨੇ ਕੱਲ੍ਹ ਕਿਹਾ, ਹਾਲਾਂਕਿ ਸ਼ਾਇਦ ਇਹ ਤੋਂ ਬਾਅਦ ਦੀ ਸਟ੍ਰੈਟਜੀ ਹੋਏਗੀ ਕਿ ਮੈਂ 2 ਦਿਨ ਬਾਅਦ ਰਿਜ਼ਾਈਨ ਕਰੂੰਗਾ, ਤੇ ਮੇਰੀ ਇੱਛਾ ਹੈ ਕਿ ਇਲੈਕਸ਼ਨ ਕਮਿਸ਼ਨ ਨਵੰਬਰ ਦੇ ਵਿੱਚ ਇਲੈਕਸ਼ਨ ਕਰਾ ਦੇ, ਭਾਵੇਂ ਫਰਵਰੀ ਦੇ ਵਿੱਚ। ਇੱਛਾਵਾਂ 'ਤੇ ਤਾਂ ਫੁੱਲ ਹੁਣ ਨਹੀਂ ਚੜਾਉਂਦਾ ਇਲੈਕਸ਼ਨ ਕਮਿਸ਼ਨ, ਉਹ ਆਪਣਾ ਚੀਫ ਮਿਨਿਸਟਰ ਬਣਾ ਕੇ, ਚਾਹੇ ਆਤਸ਼ੀ ਬਣੇ ਚਾਹੇ ਹੋਰ, 10-20 ਦਿਨ ਦੇ ਵਿੱਚ ਉਹਦੇ ਤੋਂ ਡਿਜੋਲਵ ਕਰਾ ਦੇ ਅਸੈਂਬਲੀ। ਉਹ ਕੇਅਰਟੇਕਰ CM ਬਣਿਆ ਰਿਹਾ ਉਹਨਾਂ ਦਾ, ਆਪਦਾ ਰਹੇ ਉਦੋਂ ਇਲੈਕਸ਼ਨ ਤੱਕ, ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦੀ। ਤੇ ਇਹ ਵੀ ਕੋਈ ਚਾਂਸ ਹੋ ਸਕਦਾ ਜੇਕਰ ਉਹਨਾਂ ਨੂੰ ਇਹ ਲੱਗੇ ਕਿ ਐਵੇਂ ਹੀ ਇਹ ਕਰਨ ਦੀ ਬਜਾਏ ਮੈਂ ਡਿਜੋਲਵ ਕਰਦਾ, ਤਾਂ ਮੋਰਲੀ ਜਿਹੜਾ ਉਹ ਸਟਾਂਸ ਲੈ ਰਹੇ ਨੇ ਉਹ ਠੀਕ ਨਹੀਂ ਰਹੇਗਾ। ਤੇ ਇਹ ਸਾਰੀਆਂ ਦੋਸ਼ਾਂ ਤੋਂ ਮੁਕਤ ਬੰਦਾ ਚੀਫ ਮਿਨਿਸਟਰ ਬਣਾ ਕੇ, ਤੇ ਫਿਰ ਜਿਹੜਾ ਉਹ ਨਵੰਬਰ ਦੀ ਉਹ ਤਿਆਰੀ ਕਰ ਰਹੇ ਨੇ, ਕੇਜਰੀਵਾਲ 5 ਮਹੀਨੇ ਦੀ ਤਿਆਰੀ ਨਹੀਂ ਕਰ ਰਹੇ, ਪ੍ਰੈਕਟੀਕਲੀ ਨਵੰਬਰ ਦੀ ਉਹ ਕਰ ਰਹੇ ਨੇ। ਔਰ ਇਹ ਚਾਂਸ ਸ਼ਾਇਦ ਜਿਹੜੀ ਪੋਲੀਟੀਕਲ ਜਿੰਨਾ ਕੁ ਮੇਰੀ ਮੈਨੂੰ ਸਮਝ ਲੱਗਦੀ ਹੈ ਹੁਣ ਤੱਕ, ਤੇ ਉਹਨਾਂ ਤੋਂ ਨਵਾਂ ਚੀਫ ਮਿਨਿਸਟਰ ਬਣਾ ਕੇ ਉਹਨੂੰ ਕੇਅਰਟੇਕਰ ਹੀ ਰੱਖਣਗੇ, ਤੇ ਉਦੋਂ ਬਾਅਦ ਉਹਦੇ ਰਾਹੀਂ ਡਿਜੋਲਵ ਕਰਾ ਕੇ ਵੀ ਹੁਣ ਨਾਲ ਕਰਾਉਣਗੇ ਨਵੰਬਰ 'ਚ। ਇਹ ਫਾਰਮੂਲਾ ਵੀ ਅਡੋਪਟ ਕਰ ਸਕਦੇ ਨੇ, ਇਹ ਲਾਈਨ ਵੀ ਕੇਜਰੀਵਾਲ ਅਡੋਪਟ ਕਰ ਸਕਦੇ। ਇਹ ਦੇਖਦੇ ਆ ਕੀ ਹੁੰਦਾ, 1 ਦਿਨ ਬੀਤ ਜਾਣਾ ਅੱਜ ਸ਼ਾਮ ਤੱਕ, ਕੱਲ ਫੈਸਲਾ ਕਰਨਗੇ, 2 ਦਿਨ ਦਾ ਉਹਨਾਂ ਨੇ ਕਿਹਾ। ਤੇ ਮੈਂ ਅੱਗੇ ਜਾਵਾਂ ਹਰਿਆਣੇ 'ਚ, ਹਰਿਆਣੇ ਦੇ ਵਿੱਚ ਅਨਿਲ ਵਿਜ ਨੇ ਇਹ ਕਹਿ ਕੇ ਵੀ ਮੈਂ
ਚੀਫ ਮਿਨਿਸਟਰ ਲਈ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਾਂਗਾ, ਪਾਰਟੀ ਅੱਗੇ ਫੈਸਲਾ ਕਰੇਗੀ ਉਹਨੇ ਜੋ ਕਰਨਾ, ਪਰ ਮੈਂ ਕਰੂੰਗਾ ਜ਼ਰੂਰ। ਔਰ ਬੀਜੇਪੀ ਨੇ ਮਨੋਹਰ ਲਾਲ ਖੱਟਰ ਨੂੰ ਲਾ ਕੇ ਓਬੀਸੀ ਦਾ ਕਾਰਡ ਖੇਡਿਆ ਨਸੀਬ ਸਿੰਘ ਸੈਣੀ ਦੇ ਰੂਪ ਚ, ਤੇ ਹੁਣ ਉਹਨਾਂ ਨੇ ਕੈਂਡੀਡੇਟ ਵੀ ਮੁੱਖ ਮੰਤਰੀ ਦਾ ਉਹਨੂੰ ਵਧਾਇਆ ਅੱਗੇ। ਪੂਰੀ ਸਟੇਟ ਦੇ ਵਿੱਚ ਕੰਪੇਨ ਨਸੀਬ ਸਿੰਘ ਸੈਣੀ ਦੇ ਨਾਂ ਤੇ ਹੋ ਰਹੀ ਹੈ। ਬੀਜੇਪੀ ਦੇ ਸਟੇਟ ਪ੍ਰਧਾਨ ਜਿਹੜੇ ਮੋਹਨ ਲਾਲ ਬਡੋਲੀ ਸ਼ਾਇਦ ਉਹਨਾਂ ਦਾ ਨਾਂ, ਉਹ ਕਹਿ ਹਟੇ ਨੇ, ਕਹਿੰਦੇ ਵਿੱਚ ਸਾਹਿਬ ਨੂੰ ਪੂਰਾ ਹੱਕ ਹੈ ਕਲੇਮ ਕਰਨ ਦਾ, ਪਰ ਸਾਡੇ ਪ੍ਰਦੇਸ਼ ਦੇ ਵਿੱਚ ਨਸੀਬ ਸਿੰਘ ਸੈਣੀ ਹੀ ਚੀਫ ਮਿਨਿਸਟਰੀਅਲ ਫੇਸ ਨੇ। ਸੋ ਉੱਥੇ ਵੀ ਕਾਫੀ ਪੰਗਾ ਪਿਆ। ਮੈਨੂੰ ਲੱਗਦਾ ਵਿੱਚ ਸਾਹਿਬ ਆਪਣੇ ਹਲਕੇ ਚ ਮੈਸੇਜ ਛੱਡਣਾ ਚਾਹੁੰਦੇ ਆ ਵੀ ਮੈਨੂੰ ਜਿਤਾਓ ਜ਼ਰੂਰ, ਜੇ ਕਿਸੇ ਵੇਲੇ ਸਥਿਤੀ ਫਸੀ ਹੋਵੇ ਇਹ ਵੀ ਟੇਕ ਲਿਆ ਜਾਂਦਾ, ਪਰ ਅਦਰਵਾਈਜ਼ ਉਹਨਾਂ ਨੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਕਸੂਤੀ ਸਥਿਤੀ ਦੇ ਵਿੱਚ ਖੋਰ ਕਿੱਲ ਠੋਕਤਾ। ਵੈਸੇ ਤਾਂ ਵਿੱਚ ਸਾਹਿਬ ਸਾਰਿਆਂ ਨਾਲੋਂ ਸੀਨੀਅਰ ਨੇ, ਜਦੋਂ ਮਨੋਹਰ ਲਾਲ ਖੱਟਰ ਨੂੰ ਪਹਿਲੀ ਵਾਰ ਬਣਾਇਆ ਉਦੋਂ ਵੀ ਉਹ ਦਾਅਵੇਦਾਰ ਸੀ, ਰੁੱਸ ਗਏ ਸੀਗੇ ਕਿ ਮੈਨੂੰ ਕਿਉਂ ਬਣਾਇਆ, ਕਿ ਉਦੋਂ ਮਨੋਹਰ ਲਾਲ ਖੱਟਰ ਤਾਂ ਪਹਿਲੀ ਵਾਰ ਸੀਗੇ MLA ਬਣੇ ਤੇ ਪਹਿਲੀ ਵਾਰ ਵਾਲੇ ਨੂੰ ਬਣਾਤਾ ਬੀਜੇਪੀ ਹਾਈਕਮਾਂਡ ਨੇ, ਫਿਰ ਉਦੋਂ ਬਾਅਦ ਵੀ ਰੌਲਾ ਪੈਂਦਾ ਰਿਹਾ ਲਗਾਤਾਰ, ਦੂਜੀ ਵਾਰ ਫਿਰ ਬਣਾਤਾ, ਤੇ ਫਿਰ ਉਹ ਹੋਮ ਮਿਨਿਸਟਰੀ ਵੀ ਉਹਨਾਂ ਨੂੰ ਦਿੱਤੀ ਗਈ, ਹੋਮ ਮਿਨਿਸਟਰੀ ਮਿਲਣ ਦੇ ਬਾਵਜੂਦ DGP ਤੇ ਹੋਮ ਸੈਕਟਰੀ ਉਹਨਾਂ ਦੀ ਗੱਲ ਨਹੀਂ ਸੀ ਮੰਨਦੇ, ਕਿਉਂਕਿ ਚੀਫ ਮਿਨਿਸਟਰ ਨੇ ਕਿਹਾ ਹੋਇਆ ਸੀ। ਬੜੀ ਵਾਰ ਰੌਲਾ ਚੱਲਿਆ ਕਿ ਕਈ ਵਾਰ ਟਰਾਂਸਫਰ ਨਹੀਂ ਸੀ ਕਰਦੇ ਬਾਕੀ ਦੀਆਂ ਚੀਜ਼ਾਂ, ਕਈ ਵਾਰ ਰੁੱਸਦੇ ਰਹੇ ਨੇ ਉਹ, ਜਾ ਕੇ ਬੈਠ ਜਾਂਦੇ ਸੀ, ਬਾਕੀ ਚੀਜ਼ਾਂ ਕਰਦੇ। ਸੀਨੀਅਰ ਤਾਂ ਉਹ ਸਾਰਿਆਂ ਤੋਂ ਹੀ ਨੇ ਜੇਕਰ ਸੀਨੀਓਰਟੀ ਦੀ ਗੱਲ ਹੋਵੇ। ਔਰ ਇਸੇ ਢੰਗ ਦੇ ਨਾਲ ਹੁਣੇ ਜਦੋਂ ਸੈਣੀ ਨੂੰ ਬਣਾਇਆ ਉਦੋਂ ਵੀ ਉਸ ਸੈਰੇਮਨੀ ਚੋਂ ਆ ਕੇ ਘਰ ਬਹਿ ਗਏ ਸੀਗੇ ਵੀ ਕੀ, ਜਦੋਂ ਇਹਨਾਂ ਨੂੰ ਮਨੋਹਰ ਲਾਲ ਖੱਟਰ ਨੂੰ ਲਾ ਕੇ ਬਣਾਇਆ ਉਦੋਂ ਵੀ ਨਾਰਾਜ਼ ਹੋ ਗਏ ਸੀ ਵੀ ਜੇ ਹੁਣ ਬਣਾਉਣਾ ਮੈਨੂੰ ਬਣਾਓ, ਤੇ ਉਹਨਾਂ ਦਾ ਪਤਾ ਬੀਜੇਪੀ ਉਹਨਾਂ ਨੂੰ ਟਿਕਟ ਦੇ ਦਿੰਦੀ ਹੈ ਆਪਾਂ ਵਾਲੇ ਚੋਂ, ਤੇ ਇਹ ਹਾਈ ਕਮਾਂਡ ਹੀ ਫੈਸਲਾ ਕਰਦੀ ਹੈ, ਹੇਠਾਂ ਕੋਈ ਨਹੀਂ ਮਤਲਬ ਕੋਈ ਫੈਸਲੇ ਹੁੰਦੇ। ਇਕੱਲੇ ਇੱਥੇ ਨਹੀਂ ਆ, ਰਾਜਸਥਾਨ ਚ ਬਿਲਕੁਲ ਨਵਾਂ ਬਣਾਇਆ, ਵਸੁੰਧਰਾ ਤੋਂ ਲੈ ਕੇ ਕਈ ਵੱਡੇ ਵੱਡੇ ਬੰਦਿਆਂ ਨੂੰ ਛੱਡ ਕੇ ਹੋਰ ਕਈ ਜਗ੍ਹਾ ਇਹ ਫੈਸਲੇ ਹਾਈਕਮਾਂਡ ਕਰਦੀ ਹੈ। ਇਸ ਲਈ ਕਈ ਕਹਿੰਦੇ ਰਹਿਣਗੇ ਬਿਜ ਸਾਹਿਬ, ਪਰ ਉਹਨਾਂ ਨੂੰ ਵੀ ਪਤਾ ਸ਼ਾਇਦ, ਮੈਨੂੰ ਤਾਂ ਲੱਗਦਾ ਹੁਣ ਉਹ ਚੌਥੀ ਪੰਜਵੀਂ ਵਾਰ ਨੇ, ਤੇ ਉਹਨਾਂ ਦੇ ਵੋਟਰਾਂ ਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਬਿਜ ਸਾਹਿਬ ਐਵੇਂ ਹੀ ਕਰਦੇ ਨੇ ਤੇ ਬਣਾਉਂਦੇ ਤੁਹਾਨੂੰ ਵੀ ਨਹੀਂ ਹੈ, ਤੇ ਇਹ ਠੀਕ ਹੈ ਕਿ ਅਸੀਂ ਤੁਹਾਨੂੰ ਜਿਤਾਉਣਾ ਜਾਂ ਨਹੀਂ, ਉਹ ਤਾਂ ਉਦੋਂ ਅਲੱਗ ਗੱਲ ਹੈ, ਕਿਉਂਕਿ ਜਦੋਂ ਵਾਰ ਵਾਰ ਇੱਕੋ ਗੱਲ ਕਹਿ ਕੇ ਤੇ ਪੁਰਾਣੀ ਤਨਖਾਹ ਤੇ ਤੁਸੀਂ ਕੰਮ ਕਰਦੇ ਰਹੋ, ਇੱਕ ਵਾਰ ਬੰਦਾ ਯਕੀਨ ਕਰਦਾ, ਦੋ ਵਾਰ ਤਿੰਨ ਵਾਰ, ਹੁਣ ਤਾਂ ਬਹੁਤ ਵਾਰ ਹੋ ਗਏ, ਤੇ ਬਹੁਤ ਵਾਰ ਦੇ ਵਿੱਚ ਬਿਜ ਸਾਹਿਬ ਦੀ ਨਹੀਂ ਸੁਣੀ ਗਈ। ਔਰ ਉਦੋਂ ਪਹਿਲਾਂ ਵੀ ਹੁਣ ਕਹਿ ਰਹੇ ਨੇ ਹੁਣ ਤਾਂ ਕਿ ਭਾਈ ਆਪਾਂ ਨਹੀਂ, ਸਾਡਾ ਤਾਂ ਇਹੀ ਕੈਂਡੀਡੇਟ ਹੋਏਗਾ, ਜਦੋਂ ਪਾਰਟੀ ਅਫੀਸ਼ਲੀ ਕਹਿ ਰਹੀ ਹੈ ਕਿ ਸੈਣੀ ਸਾਡੇ ਕੈਂਡੀਡੇਟ ਹੋਣਗੇ, ਤਾਂ ਇਹ ਦੇਖਣਾ ਹੋਊਗਾ। ਪਰ ਕੰਟੀਨਿਊਟੀ ਬੀਜੇਪੀ ਦੀ ਜਿੱਦ ਜਿਹੀ ਜੀ ਹੈ, ਤੇ ਬਿਜ ਸਾਹਿਬ ਨੂੰ ਵੀ ਪਤਾ ਕਿ ਮੇਰੀ ਵੀ ਜਿੱਦ ਇਹੋ ਜਿਹੀ ਹੈਗੀ ਹੈ, ਹੋ ਸਕਦਾ ਇਹੋ ਜਿਹਾ ਬੰਦਾ ਕਦੇ ਨਾ ਕਦੇ ਤੁੱਕਾ ਲੱਗ ਜਾਂਦਾ, ਇੱਕ ਵਾਰ ਤਾਂ ਜੇ ਜਿੱਤਦੀ ਹੈ ਤੇ ਨਾ ਬਣੇ ਤੇ ਵਿੱਚ ਵਿਚਾਲੇ ਲੱਗ ਜੇ, ਕੋਈ ਪਤਾ ਨਹੀਂ। ਬਿਜ ਸਾਹਿਬ ਨੂੰ ਵੀ ਪੌਣ ਆਉਂਦੀ ਰਹਿੰਦੀ ਹੈ, ਕਦੇ ਕਿਸੇ ਅਫਸਰ ਨਾਲ ਪੰਗਾ, ਕਿਸੇ ਜਗ੍ਹਾ ਕੁਛ, ਕਿਧਰੇ ਬਿਆਨਬਾਜ਼ੀ ਪੁੱਠੀ ਸਿੱਧੀ, ਪਰ ਬੰਦਾ ਤੁਰਿਆ ਜਾਂਦਾ ਆਪਣੀ ਚਾਲੇ। ਉਂਝ ਬੀਜੇਪੀ ਦਾ ਲਾਇਲ ਆ, ਬੀਜੇਪੀ ਨੂੰ ਪਤਾ ਵੀ ਸਾਡਾ ਹੀ ਬੰਦਾ ਜਾਣਾ, ਇਹਨੇ ਕਿਤੇ ਨੀ ਸਾਡੇ ਨਾਲ ਹੀ ਰਹਿਣਾ, ਪਤਾ ਨੀ ਕੋਈ ਹੋਰ ਝੱਲਦਾ ਵੀ ਨਾ ਹੋਵੇ ਇਹੋ ਜਿਹੇ ਬੰਦੇ ਨੂੰ, ਵੀ ਟਿੰਡ ਚ ਕਾਨਾ ਤਾਂ ਪਾ ਕੇ ਰੱਖਣਾ। ਮਨੋਹਰ ਲਾਲ ਖੱਟਰ ਕੱਢ ਹੀ ਗਏ ਮੈਨੂੰ ਲੱਗਦਾ 8-9 ਸਾਲ। ਖੈਰ ਆਪਾਂ ਲਾਸਟ ਵਿੱਚ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਅਕਾਲੀ ਪੋਲਿਟਿਕਸ ਨਾਲ ਜੁੜਿਆ। ਕੱਲ ਵੈਸੇ ਭੁੰਦੜ ਸਾਹਿਬ ਪਟਿਆਲੇ ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਗਏ ਸੀ, ਟੌੜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਵਿਉਂਤੇ ਨੇ ਅਕਾਲੀ ਦਲ ਦੀ ਮੇਨ ਸਟ੍ਰੀਮ ਨੇ, ਉੱਥੇ ਉਹ ਕਹਿੰਦੇ ਵੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ। ਦੂਜੇ ਬੰਨੇ ਮਰਹੂਮ ਟੌੜਾ ਸਾਹਿਬ ਦੇ ਜਵਾਈ ਹਰਮੇਲ ਸਿੰਘ ਟੌੜਾ ਨੇ ਕਿਹਾ ਕਿ ਸੈਬੋਟਾਜ ਕਰ ਰਹੇ ਹੋ ਤੁਸੀਂ ਸਾਡੇ ਪ੍ਰੋਗਰਾਮ, ਜੇ ਤੁਸੀਂ ਟੌੜਾ ਸਾਹਿਬ ਦੀ ਜਨਮ ਸ਼ਤਾਬਦੀ ਸਮਾਗਮ ਕਰਾਉਣਾ ਹੀ ਆ ਤੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਕਰਾਓ, ਜਿੱਥੇ ਅਸੀਂ ਕਰ ਰਹੇ ਹਾਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਆਣ ਕੇ ਕਿਉਂ ਖੜਦੇ ਹੋ। ਸੋ ਇਹ ਇੱਕ ਪਹਿਲੂ ਆ
ਮੈਂ ਅਕਾਲੀ ਪੋਲਿਟਿਕਸ ਵਿੱਚ ਇਸ ਟੌੜਾ ਸਾਹਿਬ ਦੇ ਰਾਹੀਂ ਹੋ ਰਹੀ ਜਿਹੜੀ ਪੋਲਿਟਿਕਸ ਆ ਇਹਦੇ ਵਿੱਚ ਦੋਨਾਂ ਧਿਰਾਂ ਦਾ ਵਿਊ ਪੁਆਇੰਟ? ਇਹਦੇ 'ਚ ਦੋ ਗੱਲਾਂ ਨੇ ਅਲੱਗ ਅਲੱਗ। ਮੈਨੂੰ ਲੱਗਦਾ ਵੀ ਦੋਨੋਂ ਧਿਰਾਂ ਐਡੇ ਵੱਡੇ ਪੱਧਰ 'ਤੇ ਜਿਹੜੀ ਸ਼ਤਾਬਦੀ ਮਨਾ ਰਹੀਆਂ ਨੇ ਇਹ ਆਫਟਰ ਥਾਟ ਹੈ। ਦੋਨੋਂ ਟੌੜਾ ਸਾਹਿਬ ਦਾ ਜਿਹੜਾ ਲਿਗੇਸੀ ਹੈ ਉਹਦਾ ਉਹਨੂੰ ਆਪਣੇ ਪੋਲੀਟੀਕਲ ਕੈਰੀਅਰ ਦੇ ਵਿੱਚ ਵਰਤਣ ਦੇ ਕਰਕੇ, ਨਹੀਂ ਤਾਂ ਇਦੋਂ ਪਹਿਲਾਂ ਬਰਸੀਆਂ ਵੀ ਘਰੇ ਹੀ ਭੋਗ ਪਾ ਕੇ ਕਈ ਵਾਰ ਉਦੋਂ ਵੀ ਦੋ ਦੋ ਬੰਨੀਆਂ ਬਣਾਈਆਂ ਜਾਂਦੀਆਂ ਰਹੀਆਂ ਨੇ ਕਈ ਵਾਰ, ਤੇ ਈਵਨ ਪਰਿਵਾਰ ਵੀ ਵੰਡਿਆ ਰਿਹਾ ਉਹਦੇ 'ਤੇ। ਈਵਨ ਟੌੜੇ ਦੇ ਵਿੱਚੋਂ ਸਤਵਿੰਦਰ ਸਿੰਘ ਟੌੜੇ ਹੋਣੀ IGPC ਮੈਂਬਰ ਜਿਹੜੇ ਲਗਾਤਾਰ ਨੇ, ਕਰਨੈਲ ਸਿੰਘ ਪੰਜੋੜੀ ਆਪਣੇ ਪਿੰਡ ਬਣਾ ਲੈਂਦੇ ਸੀ ਵੱਖ ਵੱਖ ਥਾਂ 'ਤੇ, ਉਹ ਵੀ ਕੋਈ ਬਹੁਤ ਬਿਹਤਰ ਤਰੀਕੇ ਨਾਲ ਨਹੀਂ ਆਇਆ ਸੀਗਾ, ਪਰ ਹੁਣ ਥੋੜ੍ਹਾ ਜ਼ਿਆਦਾ ਹੀ ਮਤਲਬ ਇੱਕ ਚਾਅ ਨਾਲ ਬਣਾਈ ਜਾ ਰਹੀ ਹੈ ਵੀ ਆਪਾਂ ਮਨਾਉਂਦੇ ਹਾਂ ਜੀ ਟੌੜਾ ਸਾਹਿਬ ਦੀ ਵਰਸੀ ਉਸ ਪੱਧਰ 'ਤੇ ਜਾ ਕੇ। ਹਰਮੇਲ ਸਿੰਘ ਹੋਣਾ ਦਾ ਸ਼ਾਇਦ ਕਹਿਣ ਦਾ ਜਿਹੜੇ ਜੇ ਉਹ ਇਹ ਕਹਿੰਦੇ ਨਾ ਐਜ ਏ ਪਰਿਵਾਰ ਕਿ ਸਾਡੀ ਸਟੇਜ ਲੱਗੀ ਹੋਈ ਹੈ, ਜਿਹੜੇ ਵੀ ਆਉਣਾ ਚਾਹੁੰਦੇ ਨੇ ਉਹਦੇ 'ਤੇ ਆ ਜਿਓ, ਤੁਸੀਂ ਅੱਡ ਕਿਉਂ ਮਨਾ ਰਹੇ ਹੋ, ਪਰਿਵਾਰ ਨਾਲ ਰਹਿ ਕਰਕੇ ਮਨਾਉਣੀ ਸੀ, ਉਹ ਗੱਲ ਹੋਰ ਜ਼ਿਆਦਾ ਤਰੀਕੇ ਦੀ ਇੱਕ ਹੋਰ ਤਰ੍ਹਾਂ ਦੀ ਬਣਦੀ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਇਹਦੀ ਬਜਾਏ ਦੇਖੋ ਡੈਮੋਕਰੇਸੀ ਹੈ, ਸ਼੍ਰੋਮਣੀ ਕਮੇਟੀ ਦੇ ਇੰਨਾ ਸਿਰ ਪ੍ਰਧਾਨ ਰਹੇ, ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਵੀ ਬਣਾਉਣਾ, ਸਾਡੇ ਪ੍ਰਧਾਨ ਸੀ ਜੀ, ਉਹਨੂੰ ਤੁਸੀਂ ਰੋਕ ਤਾਂ ਸਕਦੇ ਨਹੀਂ ਨਾ, ਤੇ ਤੁਸੀਂ ਉਹ ਬਣਾ ਰਹੇ ਹੋ ਵਿੱਚ ਅਕਾਲੀ ਦਲ ਆਜੂਗਾ, ਇਹਦੇ 'ਚੋਂ ਵੀ ਉਹੀ ਅਕਾਲੀ ਬੰਦੇ ਨੇ ਅੱਧੇ ਤਾਂ ਅੱਧਿਆਂ ਤੋਂ ਵੱਧ ਜਿਹੜੇ ਤੁਸੀਂ ਹੁਣ ਮਨਾ ਰਹੇ ਹੋ, ਜਿਹੜੇ ਇਦੋਂ ਪਹਿਲਾਂ ਨਹੀਂ ਮਨਾਉਂਦੇ ਰਹੇ ਟੌੜਾ ਸਾਹਿਬ ਦੀ ਬਰਸੀ 'ਤੇ, ਉਸ ਰੂਪ 'ਚ ਨਹੀਂ ਜਾਂਦੇ ਰਹੇ, ਉਹੀ ਜ਼ਿਆਦਾ ਉੱਧਰ ਜਾ ਰਹੇ ਨੇ। ਇਸ ਲਈ ਮਨਾਓ, ਉਹਨੂੰ ਕੰਟਰੋਵਰਸੀ ਖੜੀ ਨਾ, ਉਹ ਅੰਮ੍ਰਿਤਸਰ ਮਨਾਉਣ ਜਾਂ ਅੰਮ੍ਰਿਤਸਰ ਨਾ ਮਨਾਉਣ, ਇਹਨਾਂ ਨੂੰ ਇਹ ਤਾਂ ਨਹੀਂ ਹੋਊਗਾ, ਪੰਡਾਲ ਜਮ੍ਹਾਂ ਇੱਕੋ ਜਗ੍ਹਾ, ਕਿਤੇ ਆਲੇ ਦੁਆਲੇ ਲਾ ਲੈਣਗੇ ਦੂਰ ਦੁਰਾਡੇ, ਨਹੀਂ ਤਾਂ ਫਿਰ ਗਲੱਟ ਵੀ ਆਜੂ ਕਿਸੇ ਪਿੰਡ 'ਚ, ਐਡੀ ਜਗ੍ਹਾ ਐਮ ਨਹੀਂ ਹੁੰਦੀ ਨਾ ਕਿ ਸੜਕਾਂ ਵੀ ਛੋਟੀਆਂ ਹੁੰਦੀਆਂ ਨੇ ਜਿੱਥੇ ਵੱਡੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ ਉੱਥੇ ਹੈ। ਇਹ ਠੀਕ ਹੈ ਕਿਉਂਕਿ ਥੋੜ੍ਹਾ ਜਿਹਾ ਪਟਿਆਲੇ ਵੱਲ ਨੂੰ ਕਰ ਲੈਂਦਾ, ਕੋਈ ਦੂਜਾ ਇੱਧਰ ਨੂੰ ਕਰ ਲੈਂਦਾ, ਨਾਭਾ ਸਾਈਡ ਨੂੰ, ਭਾਸੋ ਸਾਈਡ ਨੂੰ, ਕਿਧਰੇ ਨੂੰ, ਤੇ ਪਰ ਇੱਕ ਤਾਂ ਪਿੰਡ 'ਚ ਹੀ ਮਨਾ ਰਹੇ ਨੇ, ਇਹਨਾਂ ਦਾ ਪੰਡਾਲ ਸ਼ਾਇਦ ਪਿੰਡ 'ਚ ਲੱਗੇ ਜਿਹੜੇ, ਕਿਉਂਕਿ ਨਾ ਤਾਂ ਹੁਣ ਸਰਕਾਰ ਹੈ ਅਕਾਲੀ ਦਲ ਕੋਲ ਨਾ ਸ਼੍ਰੋਮਣੀ ਕਮੇਟੀ ਕੋਲ, ਇੱਕ ਤਾਂ ਹੁੰਦਾ ਵੀ ਸਰਕਾਰ ਨੇ ਸਾਡੀ ਜ਼ਬਰਦਸਤੀ ਜਗ੍ਹਾ ਵੀ ਲੈ ਲਈ, ਆਪ ਉੱਥੇ ਕਰਨ ਲੱਗ ਗਏ, ਸਾਨੂੰ ਨਹੀਂ ਮਨਾਉਣ ਦਿੰਦੇ, ਉਹ ਹੋਰ ਪੈਟਰਨ ਬਣ ਜਾਂਦਾ। ਹਾਂ ਇੱਕ ਗੱਲ ਕਲੀਅਰ ਹੈ, ਨੀਤ ਦੋਨਾਂ ਦੀ ਉਹਦੇ 'ਚੋਂ ਪੋਲੀਟੀਕਲ ਆਪਣਾ ਕੈਰੀਅਰ ਬਹਾਲ ਕਰਨ ਦੀ ਹੈ, ਕੋਈ ਬਹੁਤ ਜ਼ਿਆਦਾ ਇਸ ਲੈਵਲ ਦੀ ਨਹੀਂ ਹੈ ਕਿ ਤੁਸੀਂ ਮਨਾਓ ਜਾਂ ਨਹੀਂ ਮਨਾਓ। ਇਹ ਮੋਰਲੀ ਸ਼ਾਇਦ ਉਹਨਾਂ ਦਾ ਬਿਆਨ ਆਇਆ, ਔਰ ਜੇ ਉਹ ਕੁਛ ਸਾਂਝੀ ਵਾਰਤਾ ਦੀ ਗੱਲ ਕਰਦੇ ਤਾਂ ਜ਼ਿਆਦਾ ਬਿਹਤਰ ਸੀ, ਮੈਨੂੰ ਇਹ ਲੱਗਦਾ, ਪਤਾ ਨਹੀਂ ਕਿਉਂ, ਮਤਲਬ ਹਰਮੇਲ ਸਿੰਘ ਹੋਣੀ ਆਪ ਅੱਗੇ ਆ ਕੇ ਜੇਕਰ ਗੱਲ ਕਰਦੇ ਇਸ ਪੱਧਰ, ਕਿਉਂਕਿ ਉਹ ਪਰਿਵਾਰ ਦੇ ਤਰਫੋਂ ਕਰ ਰਹੇ ਨੇ, ਸ਼ਾਇਦ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਮੈਂ ਸੁਧਾਰ ਲਹਿਰ ਵੱਲੋਂ ਕਹਿ ਰਿਹਾ ਜਾਂ ਕਿਹਦੇ ਵੱਲੋਂ ਕਹਿ ਰਿਹਾ ਜੀ। ਵੱਖਰੀ ਗੱਲ ਹੈ ਕਿ ਉਹਨਾਂ ਦੇ ਨਾਲ ਚੰਦੂ ਮਾਜਰਾ, ਪੰਜੋਲੀ ਸਾਹਿਬ ਤੇ ਹੋਰ ਸਾਰੇ ਬੈਠੇ ਹੋਏ ਸੀ, ਇੱਕ ਮੈਸੇਜ ਇਹੀ ਜਾਂਦਾ ਹੈ ਕਿ ਇਹ ਧੜਾ ਪੂਰਾ ਕਹਿ ਰਿਹਾ ਤੇ ਘੁਆਇਆ ਟੌੜਾ ਸਾਹਿਬ ਦੇ ਜਵਾਈ ਤੋਂ ਗਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ।